ਮਹਾਨ ਖਿਡਾਰੀ ਆ ਰਿਟਾਇਰ ਸੈੱਟ ਕੀਤੇ ਬੱਧੋ ਪਿੰਡ ਦੇ ਗੁੱਬੇ ਨੇ ਤੇ ਨਾਲ ਪਾਸੀਆਂ ਬੇਟ ਪਿੰਡ ਦਾ ਬੰਨੀਆਂ ਸੱਜੇ ਪਾਸੇ ਆ ਭੱਟੀਆਂ ਨਾਲ ਤੇਜੀ ਆ ਤੇ ਡਿੱਟ ਦੇ ਕਹਿੰਦੇ ਆਸ਼ੂ ਦਾ ਕਾਲੀਏ ਵਾਲਾ ਬੇਟਾ ਮੇਰੇ ਮਿੱਤਰੋ ਤੇ ਜਿਹੜੀ ਟੀਮ ਦੂਜੇ ਪਾਸੇ ਆ ਵੀਰੇ ਨੋਨੀ ਬਰਾੜ ਮੁਕੇਸ਼ ਜੱਗਾ ਰਾਜਮਾਨ ਵੱਲੋਂ ਧੰਨਵਾਦ ਧੰਨਵਾਦ ਨੋਨੀ ਬਾਈ ਸ਼ੁਕਰੀਆ ਕਰੀ ਆਓ ਸ਼ੇਰ ਮੇਰੇ ਭਰਾ ਆ ਮਨ ਮਨ ਵਾਲੇ ਵੀ ਆਇਆ ਉੱਡਣਗੇ ਡੋਰ ਕੇ ਬਹੁਤ ਤਕੜਾ ਮੈਲ ਕਰਨਾ ਸ਼ੁਰੂਆਤਾਂ ਭੈਣੀ ਵਾਲਾ ਸੋਨੀ ਰੈਫਰੀ ਆ ਸੋਨੀ ਦਾ ਕਿੰਗ ਆ ਖੇਡਦਾ ਸੋਨੀ ਭੈਣੀ ਬਾਈ ਆ ਬਜਰੰਗੀ ਰਾਏ ਕੀ ਪੁੱਛਿਆ ਪਨੈਰੀ ਨਹੀਂ ਆਈ ਵੀਰੇ ਆ ਸੋਰੀ 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 ਆਈ ਆ ਵੀਰੇ ਆਈ ਆ ਪਨੈਰੀ ਆਈ ਆ ਬਾਈ ਆਈ ਆਈ ਆ ਵੀਰ ਆਈ ਆ ਪਨੈਰੀ ਇੱਧਰ ਵੀ ਲਾਈ ਹੋਈ ਆ ਮੈਂ ਜੱਸੂ ਆ ਗਿਆ ਪਹਿਲਾਂ ਜੱਸੂ ਨੇ ਕੱਲ੍ਹ ਫਿਰ ਮੌਕੇ ਤੇ ਮੈਨੂੰ ਪੁੱਛਿਆ ਪਹਿਲਾਂ ਜੱਸੂ ਨੇ ਫੋਨ ਤੇ ਕੋਈ ਗੱਲ ਦਾ ਫੜਕੇ ਫੋਨ ਕਰ ਲਿਆ ਕਹਿੰਦਾ ਅਸੀਂ ਆ ਜਾ ਕੋਈ ਮਾਰ ਮਾਰ ਕੇ ਖੇਡ ਲਾਂਗੇ ਬਹੁਤ ਵਧੀਆ ਮੈਚ ਆ ਇੱਕ ਵਾਰੀ ਨੰਬਰ ਜੋੜ ਸਾਂਝੇ ਕਰ ਦੋ ਜੀ ਅਮਰੀਕ ਥੋੜੀ ਲਾਈਟ ਘੱਟ ਸਾਹਮਣੇ ਕਮਾਲ ਕਰਦਾ ਖੇਡ ਦੇ ਮੈਦਾਨ ਚ ਪਰ ਬਾਲ ਆਊਗਾ ਮੈਂ ਵੀ ਦੱਸ ਭੈਣੀ ਬਾਈਏ ਵਾਲੇ ਆ ਨੰਬਰ ਕਿੰਨੇ ਨੇ ਇੱਕ ਤੇ ਪੰਜ ਲਾਓ ਸਾਹਮਣੇ ਇੱਕ ਤੇ ਪੰਜ ਦੀ ਟੱਕਰ ਗਰਾਊਂਡ
ਲੋਕ ਕਾਲੀ ਵਾਲਾ ਪਿੰਡ ਹੈ ਕਹਿੰਦੇ ਆਸੂ ਦਾ, ਇਸ ਮੁੰਡੇ ਨੇ ਹੁਣ ਗਲਤੀ ਕੀਤੀ ਹੈ, ਨੰਬਰ ਵੀ ਮੈਨੂੰ ਲੱਗਦਾ ਵੀ 2 ਹੋ ਗਿਆ ਉਧਰਲੀ ਸਾਈਡ, ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ, ਆਹ ਬੰਗੀ ਹੈ ਕਹਿੰਦੇ ਗੋਪੀ ਹੈ ਬੰਗੀ ਵਾਲਾ ਖੇਡ ਮੈਦਾਨ ਦੇ ਵਿੱਚ, ਬਹੁਤ ਸੋਹਣੀ ਖੇਡ ਹੈ ਮੁੰਡੇ ਦੀ, ਨਾਲ ਡਾਕਟਰ ਗੇਰੀ ਗੁਟਰਾਲਾ, ਨਾਲ ਕਿੰਗ ਬਲਾੜ ਮੇਮੇ ਦਾ, ਨਾਲ ਗੋਸਾ ਤਲਵੰਡੀ ਸਾਬੋ ਵਾਲਾ, ਟੌਪ ਦੀ ਟੀਮ ਮੁੰਡਿਆਂ ਦੀ ਬਣੀ ਹੋਈ ਹੈ, ਤੇ ਨਿਤ ਦੇ ਕਹਿੰਦੇ ਜੰਗੀਰਾ ਖੇਡ ਰਿਹਾ, ਬਹੁਤ ਸੋਹਣੀ ਖੇਡ ਹੈ ਮੁੰਡੇ ਦੀ। ਇੱਧਰ ਭੱਟੀਆਂ ਦੀ ਟੀਮ ਬੜੀ ਮੰਨੀ ਪ੍ਰਵੰਨੀ ਟੀਮ ਹੈ, ਮੀਤੇ ਦਾ ਪਿੰਡ ਹੈ ਕਹਿੰਦੇ ਪ੍ਰਧਾਨ ਦਾ ਭੱਟੀ ਤਰਸੇਮ ਵਿਰਕ ਖੇਡ ਰਿਹਾ, ਨਾਚਾ ਕਲਾ ਡੁੱਡੀ ਹੈ, ਯਾਕੜ ਵਰਗੇ ਸੰਦੀਪ ਵਰਗੇ ਮੁੰਡੇ ਖੇਡ ਰਹੇ ਹੈ, ਬਹੁਤ ਵਧੀਆ ਟੀਮ ਗੱਭਰੂਆਂ ਦੀ ਬਣੀ ਹੋਈ ਹੈ, ਸਿਰੇ ਦੇ ਕੱਕਰ ਖੇਡ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ, ਬਹੁਤ ਵਧੀਆ ਮੁਕਾਬਲੇ। ਲੈ ਵੀ ਅਗਲੇ ਮੈਚ ਦੇ ਇੱਕ ਵਾਰੀ ਜ਼ਰੂਰ ਦਲਸਾਦ ਬੋਲਦੀ, ਚਾਰੇ ਗਰਾਊਂਡਾਂ ਦੀ ਟੀਮਾਂ ਨੇੜੇ ਆ ਜਾਣਗੀਆਂ। ਹੈਲੋ, ਇੱਕ ਵਾਰੀ ਆਪਾਂ ਮੈਚ ਸਾਰੇ ਸਾਂਝੇ ਕਰਦੇ ਹਾਂ ਕਿ ਬੇਨਤੀ ਹੈ ਸਾਥੀ ਬੁਲਾਰੇ ਨੂੰ, ਦਿਲਸ਼ਾਦ ਆਇਆ ਹੋਇਆ ਤਲਵੰਡੀ ਵਾਲਾ, ਬੜਾ ਪਿਆਰਾ ਤੇ ਸਤਿਕਾਰਯੋਗ ਵੀਰ ਸਾਡੀ ਜ਼ਿੰਦਗੀ ਦਾ। ਹਾਂਜੀ ਦਿਲਸ਼ਾਦ ਜੀ, ਲੈ ਵੀ ਬਹੁਤ ਵਧੀਆ ਮੈਚ ਜਿਹੜਾ ਖੇਡਿਆ ਜਾ ਰਿਹਾ, ਗਰਾਊਂਡ ਨੰਬਰ 2 ਦੇ ਵਿੱਚ ਦੋਨੋਂ ਟੀਮਾਂ ਕਹਿੰਦੇ ਟੌਪ ਦੀਆਂ ਨੇ, ਔਰ ਉਧਰ 4 ਨੰਬਰ ਗਰਾਊਂਡ ਦੇ ਵਿੱਚ ਵੀਰੇ ਦੱਸੋ ਜੀ ਮੈਚ ਕਿਹੜੀ ਟੀਮ ਦਾ ਚੱਲਦਾ ਵੀਰੇ, 4 ਨੰਬਰ ਗਰਾਊਂਡ ਨੱਥੂ ਵਾਲੇ ਦਾ ਚੱਲਦਾ ਜੀ। ਓਕੇ ਜੀ, ਬਹੁਤ ਬਹੁਤ ਧੰਨਵਾਦ ਹੈ। ਉਧਰ ਦੀਪਾ ਤੇ ਗੁਰੀ ਪੱਕੇ ਵਾਲਾ ਆਏ ਹੋਏ ਹੈ, ਬੜੀ ਦਲੇਰੀ ਨਾਲ ਖੇਡਣ ਵਾਲਾ ਖਿਡਾਰੀ ਮੇਰੇ ਮਿੱਤਰੋ, ਔਖੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਹੈ ਮੇਹਰ, ਛੀੜੀ ਮਾਥੇ ਦੇ ਥਾਪੀ ਤੇ ਬਾਬੂ ਅੰਗਦਾ ਹੀ ਸ਼ੇਰ, ਸੁਖੀ ਲੋਕੋ ਲਿਖੇ ਸਾਡੀ ਜਾਣ ਵਾਲੇ ਕਿੱਸੇ, ਤੇ ਪਾਣੀ ਪੱਗ ਦੇ ਪਿਸ਼ਾਬ ਨਮੂਨ ਦਿੰਦੇ ਆ, ਔ ਮਿੱਤਰਾਂ ਦੀ ਹਿੱਟ ਦੀ ਦੇਣ ਵਰਗੀ ਹੈ, ਬੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ, ਬੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ। ਇੱਕ ਬਹੁਤ ਮਾੜੀ ਗੱਲ ਹੈ ਖਿਡਾਰੀਆਂ ਦੀ, ਜਿਹੜੇ ਚਾਹ ਵਾਲੇ ਗਲਾਸ ਹੈ, ਚਾਹ ਵਾਲੇ ਗਲਾਸ ਉੱਥੇ ਚੱਲੇ ਆਉਂਦੇ ਆ, ਜਦੋਂ ਗਲਾਸ ਮੁੱਕ ਜਾਂਦਾ ਚਾਹ ਵਾਲਾ ਗਰਾਊਂਡ ਦੇ ਉੱਥੇ ਰੱਖ ਦਿੰਦੇ ਆ, ਬਹੁਤ ਮਾੜੀ ਗੱਲ ਹੈ। ਇੱਕ ਦੋ ਖਿਡਾਰੀ ਮੈਂ ਦੇਖੇ ਉਹਨਾਂ ਨੇ ਹੁਣ ਜੀ ਕਰਦਾ ਅੰਦਰੋਂ ਵੀ ਨਾ ਲੈ ਰਿਹਾ, ਪਰ ਫਿਰ ਮਜਬੂਰੀ ਬਣ ਜਾਂਦੀ ਹੈ। ਇਹ ਬੇਨਤੀ ਹੈ ਸਾਰੇ ਖਿਡਾਰੀ ਸਾਡੇ ਸਤਿਕਾਰਯੋਗ ਹੈ, ਕਿਰਪਾ ਕਰਕੇ ਦੇਖੋ ਕਿੰਨਾ ਵਧੀਆ ਪ੍ਰਬੰਧ ਲੰਗਰ ਦਾ ਕੀਤਾ ਹੈ, ਇਹ ਆਪਣੇ ਲਈ ਕੀਤਾ ਹੈ, ਇੰਨੀ ਕੁ ਤੇ ਹਿੰਮਤ ਆਪਾਂ ਕਰ ਸਕਦੇ ਹਾਂ ਵੀ ਜਿੱਥੋਂ ਚਾਹ ਦਾ ਗਲਾਸ ਲੈ ਕੇ ਆਏ ਹੈ ਉੱਥੇ ਦੇ ਕਮ ਸੇ ਕਮ ਰੱਖ ਦਿਓ ਯਾਰ, ਕਮਾਲ ਹੈ ਸਾਡੇ ਵਾਲੀ। ਬੇਨਤੀ ਹੈ ਜਿਹੜੇ ਖਿਡਾਰੀ ਜਾਂ ਗਲਾਸ ਲੈ ਕੇ ਆਉਂਦੇ ਹੈ, ਜਿੱਥੇ ਗਲਾਸ ਸਾਡੇ ਵੀਰ ਰੱਖ ਰਹੇ ਹੈ ਉੱਥੇ ਸਿੰਘ ਖੇਡ ਮੈਦਾਨ ਦੇ ਵਿੱਚ, ਲਾਹੌਰ ਸਿੰਘ ਬਰਾੜ ਦਾ ਪੁੱਤਰ ਹੈ, ਬਰਾੜਾ ਦਾ ਮੁੰਡਾ ਹੈ, ਪਰ ਬੱਲੋ ਵਾਲਾ ਗੋਪਾ ਕਹਿੰਦੇ ਗਲਤੀ ਕਰ ਗਿਆ ਹੈ, ਔਰ ਸਫਲਤਾ ਜੋੜੀ ਖੇਡਦੇ ਮੈਦਾਨ ਦੇ ਵਿੱਚ ਬਰਾੜ ਮਹਿਮੇ ਦੀ ਤੇਰੇ ਯਾਰ ਤੋਂ ਇਧਰ ਟੱਕਰ ਵੱਡੀ ਆ, ਪਾਸੀਆਂ ਵਾਲਾ ਨਿੱਕਾ ਇਧਰ ਮੁੰਡਾ ਬਲ ਪਰਵਾਨ ਦਾ ਕਰਨਾ ਕੋਸ਼ਿਸ਼, ਇਹ ਬੱਲੇ 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 ਸਵਾਦ ਵੱਖਰਾ, ਲੈ ਵੀ ਨਾਲੇ ਕਾਰਗਰ ਮੁਕਾਬਲਾ ਝੂਠਿਆ, ਇਹ ਕਹਿੰਦੇ ਸਵਾਦ ਵਧਿਆ ਪਿਆ ਕੱਬਰ ਵਸੇ ਦਾ ਮੇਲਾ, ਬੜੇ ਲੰਬੇ ਸਮੇਂ ਤੋਂ ਉਡੀਕ ਸੀ ਆ ਦਿਨ ਦੀ, ਇੰਤਜ਼ਾਰ ਦੀਆਂ ਘੜੀਆਂ ਕਹਿੰਦੇ ਖਤਮ ਹੋਈਆਂ, ਵਾਲੀਬਾਲ ਦਾ ਖੇਡਿਆ ਹੋਇਆ ਗੁਲਾਬ ਆਪਾਂ ਤੱਕ ਲਾਈਵ ਜਿਹੜੀ ਹੋਈ ਹੈ ਮੇਰੇ ਮਿੱਤਰੋ, ਦੁਨੀਆ ਦੇ ਟੌਪ ਦੇ ਖਿਡਾਰੀ ਖੇਡ ਰਹੇ ਆ, ਖੇਡ ਗਰਾਊਂਡ ਦੇ ਅੰਦਰ ਵੇਖਣਾ ਹੋ ਜਾਂਦਾ ਵੀ ਤੂੰ ਸਾਡੀ ਨਹੀਂ ਹੋਣਾ, ਤੇ ਬਿੱਲੋ ਕੋਈ ਗੱਲ ਨੀ ਕਿਸੇ ਹੋਰ ਦੀ ਹੋਈ ਤੇ ਖੜਕ ਰਹੀ ਹੈ, ਮੋਦੀ ਦਾ ਇਲਾਕਾ ਹੈ, ਦੁਨੀਆਂ ਦੇ ਵੱਡੇ ਵੱਡੇ ਸੁਪਰ ਸਟਾਰਾਂ
ਦੁਕਿਆਂ ਦੀ ਟੀਮ ਦਾ ਮੈਚ ਕਾਲੀ ਵਾਲਾ ਫਿਰੋਜ਼ਪੁਰ ਦੀ ਟੀਮ ਦੇ ਨਾਲ ਔਰ ਚਾਰ ਨੰਬਰ ਗਰਾਊਂਡ ਦੇ ਵਿੱਚ ਦੁਕਿਆਣਾ ਤੇ ਫਿਰੋਜ਼ਸ਼ਾਹ ਦੀ ਸੀਨ ਦੀ ਉਹਦਾ ਮੁਕਾਬਲਾ ਜਿਹੜਾ ਖੇਡਦਾ ਜਾਊਗਾ ਆ ਬਈ ਇਹ ਕਿਸੇ ਨਾਲ ਨਹੀਂ ਆ ਬਈ ਸਰੇ ਵੀ ਆ ਵਾਹ ਓਏ ਡਾਕਟਰ ਇਹ ਡਾਕਟਰ ਕਰੋ ਸ਼ੇਅਰ ਕਰ ਵੀਰੇ ਗੋਪਾ ਖੇਡਦਾ ਤਰਬੱਲੋ ਵਾਲਾ ਦੂਜੇ ਪਾਸੇ ਗੋਪੀ ਮੰਗੀ ਕਿੰਗ ਬਾਰ ਮੇ ਮਾਂ ਜੱਸੂ ਮਤੂਆ ਰਾਜ ਜਗੀਰਾ ਨਾਲ ਡਾਕਟਰ ਤੇ ਰਮਾਣਾ ਕਸਤੂਰੀ ਹੁੰਦੀ ਏ ਹਰ ਕੰਮ ਦੇ ਵਿੱਚ ਮਿਹਨਤ ਬੜੀ ਹੈ ਜ਼ਰੂਰੀ ਹੁੰਦੀ ਹੈ ਤੇ ਮੋਮਬੱਤੀ ਦੇ ਕਦੇ ਚੁਰਾਹੇ ਰਿੱਝਦੇ ਨਹੀਂ ਹੁੰਦੇ ਭਾਈ ਸੂਰਜ ਕਦੇ ਵੀ ਤੜੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ ਨਾਮਾ ਜੀ ਆਸ਼ੂ ਵਰੇ ਆਸ਼ੂ ਨੜਦੇ ਪਟਕਾ ਚ ਨਾਮਾ ਕਹਿ ਪਰ ਬੇਨਤੀ ਹੈ ਵੀਰ ਲਓ ਇਧਰ ਮੈਚ ਬਹੁਤ ਚੋਟੀ ਨਾਲ ਖੇਡਿਆ ਜਾ ਰਿਹਾ ਇਧਰ ਸਾਡਾ ਵੀਰ ਤਰਸੇਮ ਪ੍ਰਧਾਨ ਨੱਥੋ ਵਾਲੀ ਆ ਉਹ ਵੀ ਆਇਆ ਜਲ ਪਾਣੀ ਦੀ ਸੇਵਾ ਕਰਦਾ ਵੀਰ ਸਾਡਾ ਦਬਾਬਾ ਨੇ ਸਾਡੇ ਵੱਡੇ ਵੀਰ ਦੇ ਲਈ ਲੰਬਾ ਸਮਾਂ ਲੱਗਦਾ ਲਾਲ ਜਮਾ ਦੇ ਪੱਟੀਆਂ ਪੱਟੇ ਹਣ ਗੋਪਾ ਵੀਰੇ ਨਾਲ ਕੋਮਾ ਨਿੱਕਾ ਦਬਾਬਾ ਦੇ ਆਸ਼ੂ ਤੇਜੀ ਬਹੁਤ ਹੰਡੀ ਫੜੇ ਪੁਆਇੰਟ ਮਿਲਾ 7000 ਪੁਆਇੰਟ ਹੈ ਮਿਲਾ ਇੱਧਰ 7 ਆ ਟੂਟੀ ਲੱਗੀ ਹੋਈ ਉੱਧਰ 6-4 ਆ ਔਰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਪੈਂਦੀ ਹੈ ਭਰਾ ਸਾਡਾ ਤੜਕੇ ਤੋਂ ਆਇਆ ਕਦੇ 1 ਨੰਬਰ ਗਰਾਊਂਡ ਦੇ ਵਿੱਚ ਆਉਂਦਾ ਜਦੋਂ ਆਵਾਜ਼ ਵੱਜਦੀ ਹੈ ਤੇ ਫਿਰ 4 ਨੰਬਰ ਗਰਾਊਂਡ 'ਚ ਜਾਂਦਾ ਗੁਰੂ ਦਾ ਸਿੱਖਾ ਵੀਰੇ ਇਹਨੇ ਕਿਸੇ ਤੋਂ ਕੁਝ ਮੰਗਣਾ ਨਹੀਂ ਵੀ ਮੈਂ ਜਲ ਪਾਣੀ ਛਕਾ ਰਿਹਾ ਤੁਹਾਨੂੰ ਵੀ ਕੋਈ ਮਾੜੀ ਮੋਟੀ ਸੇਵਾ ਕਰ ਦਿਓ ਪਰ ਮੈਂ ਬੇਨਤੀ ਕਰਦਾ ਮੇਰੇ ਸਾਰੇ ਭਰਾਵਾਂ ਨੂੰ ਸਾਰੇ ਤੁਸੀਂ ਵੱਡੇ ਛੋਟੇ ਭਰਾ ਹੋ ਅੱਜ ਦੇ ਇਸ ਖੇ ਟੂਰਨਾਮੈਂਟ 'ਚ ਵੀ ਵਾਹ ਗੋਪੀ ਦਰਸ਼ਕ ਨੂੰ ਪਾਣੀ ਪੈ ਕੇ ਜਾਂਦਾ ਠੀਕ ਢੋਲੀ ਦਾ ਭਾਰ ਆ ਤੁਰੇ ਹੀ ਫਿਰਦਾ ਤੜਕੇ ਦਾ ਜਿੰਨੀ ਵੀ ਸੰਗਤ ਆ ਬਈ 10-20-50 ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਮੇਰਾ ਵੀਰ ਬਣ ਕੇ ਤੇ ਭਰਾ ਦਾ ਮਾਣ ਸਨਮਾਨ ਜ਼ਰੂਰ ਕਰਦੇ ਮੇਰਾ ਬਾਈ ਬਣ ਕੇ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਭਰਾ ਦਾ ਗੋਪਾ ਚੱਲਦਾ ਇੰਨਾ ਖੇਡਦੇ ਆਪਾਂ ਨੂੰ 10-20-50 ਨਾਲ ਵੀ ਕਹਿੰਗਾ ਕਹਿੰਦੇ ਇਹਦੇ ਘਰ ਦੀ ਜਿਹੜੀ ਰੋਟੀ ਚੱਲ ਜਾਣੀ ਹੈ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਗੁਰਸਿੰਘ ਪਾਣੀ ਦੀ ਸੇਵਾ ਕਰ ਰਿਹਾ ਇਹਦਾ ਮਾਣ ਸਨਮਾਨ ਜ਼ਰੂਰ ਕਰਦੇ ਮੈਚ ਦੇ ਨਾਲ ਗੋਪੀ ਮੰਗੀ ਨਾਲ ਜਗੀਰਾ ਤਲਵੰਡੀ ਸਾਬੋ ਵਾਲਾ ਕਹਿੰਦੇ ਡਾਕਟਰ ਖਿਡਾਰੀ ਬਣ ਗਿਆ ਜਸੂ ਵਾਲਾ ਬਾਹਰ ਕਿਸੇ ਫਿਰਦੇ ਟਾਵੇ ਮਿਲਦੇ ਤੇ ਕੋਈ ਫਿਰਨੀ ਟਾਵੀ ਖਰਾਬ ਕਰਦਾ ਇਹ ਲੋਕਾਂ ਦੇ ਕਦੇ ਤੱਤ ਕੱਢੇ ਹੋਏ ਆ ਚੋਟੀ ਦਾ ਮੈਚ ਮੇਰੇ ਮਿੱਤਰੋ ਵੀ ਮੂਰਖਾਂ ਦਾ ਕੰਮ ਗੱਲ ਕਿਸੇ ਦੀ ਨਾ ਮੰਨਣੀ ਹੈ ਤੇ ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ ਜਸੂ ਕੰਮ ਮੂਰਖਾਂ ਦਾ ਗੱਲ ਗੱਲ ਤੇ ਹੱਸਣਾ ਤੇ ਕਹਿੰਦੇ ਗੱਲਾਂ ਲਿਖਦਾ ਤੇ ਤਨਕਾ ਤਨਕਾ ਕੇ ਲਿਖਦਾ ਸਮਝ ਵਾਲੇ ਨਾ ਮੈਂ ਸਮਝ ਜਾਂਦੇ ਆ ਸਮਝਦਾਰ ਬੰਦੇ ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਇੱਕ 2 ਨੰਬਰਾਂ ਦਾ ਫਰਕ ਹੈ ਕੋਈ ਖੇਡ ਮੁੰਡੇ ਦੀ ਬਹੁਤ ਸੋਹਣਾ ਖੇਡ ਰਹੇ ਆ ਬਠਿੰਡੇ ਵਾਲਾ ਤਲਵੰਡੀ ਸਾਬੋ ਦਾ ਇਲਾਕਾ ਹੈ ਬਾਕੀ ਦਮਦਮਾ ਸਾਹਿਬ ਸਾਰੇ ਭਰਾ ਸ਼ੇਅਰ ਕਰ ਦੋ ਬਹੁਤ ਤੜਾ ਮੈਚ ਬਾਈ ਜਨਮ ਭੂਮੀ ਮੇਰੇ ਮੈਨੂੰ ਪਰ ਇੱਧਰ ਵੀ ਦੇਖ ਲਾ ਜਾਂਦਾ ਮੁੰਡਾ ਧੰਨ ਗੋਪਿਆ
ਨੱਠੂ ਵਾਲੀਆਂ ਕਹਿੰਦੇ ਜੱਸੂ ਦੇ ਚਰਚੇ ਪੂਰੀ ਦੁਨੀਆਂ ਦੇ ਵਿੱਚ ਹੋਏ ਆ ਬੱਲੇ ਬੱਲੇ ਇਹਦੇ ਵੀ ਚਰਚੇ ਬਣੇ ਇਹ ਨਿੱਕਾ ਮੇਰੇ ਮਿੱਤਰੋ ਅੱਜ ਕੱਲ ਖੇਡ ਮੁੰਡੇ ਦੀ ਪਹਾੜ ਬਣੀ ਕਰ ਦੋ ਅਗਲਾ ਮੈਚ ਬਹੁਤ ਤੜਾ ਲੱਗਣਾ ਮੇਰੇ ਪੂਰੀ ਕਾਲੀ ਵਾਲਾ ਕੱਟਿਆ ਵਾਲੀ ਬੱਚਾ ਬੱਚਾ ਜਾਂਦਾ ਹੈ ਬੱਚਾ ਬੱਚਾ ਜਾਣਦਾ ਨੀ ਇਹਨੇ ਜਾਨਣ ਲਾਇਆ ਹੈ ਔਰ ਸਾਹਮਣੇ ਮੈਚ ਕਹਿੰਦੇ ਬਹੁਤ ਤਕੜਾ ਹੈ ਨਾ ਮੈਂ ਬਹਿ ਜਾ ਨਾ ਮੈਂ ਬਹਿ ਜਾ ਖੋਟੋ ਕੇ ਉਧਰ ਕਾਲੀ ਵਾਲਾ ਬਲਦੇਵ ਬਹੁਤ ਪਿਆਰਾ ਵੀਰ ਹੈ ਸਾਡਾ ਵੱਡੇ ਮਹਾਨ ਕਦੇ ਇਹਨਾਂ ਬੁਲਾਰਿਆਂ ਦੇ ਕਦੇ ਲਹਿ ਵਾਲੇ ਵੀਰਾਂ ਦੇ ਕਦੇ ਖਿਡਾਰੀਆਂ ਦੇ ਕੀਤੇ ਹੈ ਉਹ ਵੀ ਭਰਾ ਆਸਟ੍ਰੇਲੀਆ ਤੋਂ ਲਹਿ ਤਾਰਾ ਜੁੜੀ ਬੈਠਾ ਅੱਜ ਦੇ ਮੇਲੇ ਦੀ ਮੁਬਾਰਕਬਾਦ ਦੇ ਰਿਹਾ ਹੈ ਨਵਸਾਨ ਜੀ ਇੱਕ ਨੰਬਰ ਦਾ ਮੈਚ ਇੱਕ ਵੇਰੇ ਹੋਰ ਬੋਲਦੀ ਹੈ ਜੱਸੀ ਪੌਂਡੇ ਤੇ ਨੂਰਪੁਰਾ ਫਾਜ਼ਿਲਕਾ ਦੀ ਇਹ ਟੀਮਾਂ ਇਸ ਤੋਂ ਬਾਅਦ ਗਰਾਊਂਡ ਨੰਬਰ ਇੱਕ ਦੇ ਵਿੱਚ ਆ ਜਾਣਗੀਆਂ ਮੈਚਾਂ ਵੀ ਟੋਟੀ ਦਾ ਖੇਡਾ ਜਾਊਗਾ ਪਰ ਬਾਈ ਜੇ ਆ ਦੋ ਨੰਬਰ ਗਰਾਊਂਡ ਦੀਆਂ ਦੋਨੋ ਟੀਮਾਂ ਦਾ ਪ੍ਰਦਰਸ਼ਨ ਵਧੀਆ ਲੱਗ ਰਿਹਾ ਦੋ ਨੰਬਰ ਗਰਾਊਂਡ ਬਣ ਗਿਆ ਮੇਲਾ ਦੋਨਾਂ ਟੀਮਾਂ ਲਈ ਕਹਿਣ ਦੀ ਦੇਰ ਸੀ ਤੇਰੀ ਬਰਾੜਾ ਦੇ ਮੁੰਡੇ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਇਹ ਲਾਹੌਰ ਸਿੰਘ ਬਰਾੜ ਦਾ ਬੇਟਾ ਇੱਕ ਕਮਾਲ ਦਾ ਨੰਬਰ ਜੋੜ ਕੇ ਹੈ ਪਾਣੀ ਮੰਗਦੇ ਤੇਰੇ ਪਿੰਡ ਵਾਲੇ ਮੁੰਡੇ ਉਧਰ ਵੀ ਦੇ ਦੀ ਧਿਆਨ ਤਿੰਨ ਦਾ ਮੈਚ ਬੋਲੋ ਜੀ ਲਾਸਟ ਨੰਬਰ ਹੈ ਤਿੰਨ ਚ ਪ੍ਰਧਾਨ ਸਾਡਾ ਰਵਿੰਦਰ ਪੁੱਟਰ ਹਾਂਜੀ ਟੀਮਾਂ ਨੇ ਹੋਰ ਮਨਸੂਬੇ ਨੇ ਬੰਦਾ ਕੀ ਨੀ ਕਰ ਸਕਦਾ ਕੱਟ ਵਾਲੀ ਬੂੰਦ ਬੂੰਦ ਨਾਲ ਆਉ ਸਾਗਰ ਭਰ ਸਕਦਾ ਉਸ ਡੱਟ ਦੇ ਲੜ ਲੱਗ ਕੇ ਬੇੜੀ ਤਰਦੀ ਹੁੰਦੀ ਆ ਤੇ ਤੁੜਕਾ ਤੁੜਕਾ ਕਰਕੇ ਆਓ ਗੁੱਡੀ ਚੜ੍ਹਦੀ ਹੁੰਦੀ ਆ ਆਹ ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਚੋਪਾ ਗਲਤੀ ਕਰ ਗਿਆ ਮੇਰੇ ਮਿੱਤਰ ਕਹਿੰਦੇ ਦੁਨੀਆਂ ਦੇ ਵਿੱਚ ਆ ਖਿਡਾਰੀ ਦੇ ਵੀ ਆ ਨੌਜਵਾਨ ਲੰਬੇ ਸਮੇਂ ਤੋਂ ਇਹਨਾਂ ਗਰਾਊਂਡਾਂ ਦੇ ਨਾਲ ਖੇਡਿਆ ਔਰ ਜੁੜਿਆ ਹੋਇਆ ਖਿਡਾਰੀ ਆ ਆਹ ਬੱਲੇ 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 ਵੀਰ ਆਸਟ੍ਰੇਲੀਆ ਭਰਾ ਸਾਡਾ ਕਹਿੰਦਾ ਵੀ ਜਿਹੜਾ ਮਰਜ਼ੀ ਖਿਡਾਰੀ ਲਾਲ ਮੇਮੇ ਵਾਲਾ ਪੰਜ ਵਾਲਾ ਕ੍ਰੋਸ ਕਰਦੇ ਤੇ ਚਾਰ ਵਾਲਾ ਹੀ ਕ੍ਰੋਸ ਕਰਦੇ 500 ਦੇ ਨਾਲ ਇਧਰ ਮੁੰਡੇ ਕਹਿੰਦੇ ਲੈ ਵੀ 10 ਪੈਣੀ ਬਾਈ ਵਾਲਿਆ ਛੇ ਬਰਾਬਰ ਆ ਬਈ ਵਾਹ ਜੀ ਵਾਹ ਛੇ ਬਰਾਬਰ ਆ ਬਈ ਲਾਡੀ ਗੱਲ ਤੇ ਹੋ ਗਈ ਹੈ ਹਰਸਿਮਰ ਜੀ ਬਰਾੜ ਚਾਰੂ ਸਿੰਘ ਵੀਰੇ ਕਾਟੋ ਛੇ ਕਰ ਰਹੇ ਬਰਾਬਰ ਇਧਰ ਕਹਿੰਦੇ ਯੱਜ ਦਾ ਚੰਡਿਆ ਹੋਇਆ ਪੱਠਾ ਹੈ ਵਿੱਕੀ ਭੁੱਟੀ ਵਾਲੀਆ ਇਹਦੀ ਸੇਤੀ ਨਹੀਂ ਦੱਬਦਾ ਗੱਭਰੂ ਇਹ ਹੈ ਵਿੱਕੀ ਭੁੱਟੀ ਵਾਲੀਆ ਮਕਸਰੀਆ ਥਾਂਦੇ ਆਲਦਾ ਕਹਿੰਦੇ ਲੱਕ ਹੈ ਥਾਂਦੇ ਆਲੀ ਕੁਸੀ ਵਰਗੇ ਹਿੰਦੇ ਬਰਾੜ ਵਰਗੇ ਬਹੁਤ ਪਿਆਰੇ ਵੀਰ ਹੈ ਜ਼ਿੰਦਗੀ ਦੇ ਉਹਨਾਂ ਦਾ ਲੱਕ ਹੈ ਬਹੁਤ ਪਿਆਰਾ ਵੀਰ ਹੈ ਪਤਾ ਨਹੀਂ ਹੋ ਗਿਆ ਭੱਟੀਆਂ ਢਾਹਾਂ ਦੀ ਟੀਮ ਦੇ ਹੈ ਸੱਤ ਤੇ ਛੇ ਦੀ ਟੱਕਰ ਮੈਚ ਸਮਾਪਤ ਹੈ ਜੀ ਕਿਹੜੀ ਜਿੱਤਰੀ ਰਾਜ ਵਾਲੇ ਮੁੰਡੇ ਜਿੱਤ ਗਿਆ ਜੀ ਮੈਂ ਵੀ ਠੀਕ ਹੈ ਜੀ
ਇੱਕ ਜਣਾ ਮੈਚ ਕਰਾ ਦਿਓ ਬਾਈ ਬਰਾਬਰੀ ਹੋ ਗਈ ਧੰਨਵਾਦ ਵੀਰਾ ਸਿੰਘ ਸਾਰੇ ਵੀਰਾ ਧੰਨਵਾਦ ਬਾਈ ਇੱਕ ਸ਼ੇਅਰ ਕਰ ਦੋ ਬਾਈ ਕਰ ਦੋ ਸ਼ੇਅਰ ਕਰ ਦੋ ਆਪ ਹੀ ਆ ਜਾਓ ਰਾਜ ਵਾਲੇ ਮੁੰਡੇ ਰੈਫਰੀ ਕਰ ਦੇ ਕਿਆ ਕੋਮਲ ਆ ਜੱਸੂ ਰਾਜਸਥਾਨ ਵਾਲੇ ਧੁੱਕੀ ਕੰਢੀ ਹੁੰਦੇ ਆ ਪਰ ਭਾਉ ਵੀ ਬੱਚਾ ਬੱਚਾ ਜਾਣਦਾ ਖੇਡ ਵਾਲੀਬਾਲ ਦੇ ਵਿੱਚ ਓ ਪ੍ਰਕਾਸ਼ ਕਮਲ ਧੰਨਵਾਦ ਓ ਪ੍ਰਕਾਸ਼ ਭਾਈ ਸ਼ੁਕਰੀਆ ਸ਼ੁਕਰੀਆ ਵੱਡੀ ਕਰ ਦਿੱਤੀ ਹੈ ਮੁੰਡੇ ਨੇ ਬਾਕੀ ਮੈਚ ਵਾਲਾ ਟੌਪ ਦਾ ਖੇਡਿਆ ਜਾ ਰਿਹਾ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਹਰ ਚਰਚੇ ਕਹਿੰਦੇ ਵੱਡੇ ਅੱਜ ਦੇ ਵੱਡੇ ਕੱਪ ਦੇ ਵੀ ਕਾਲੇ ਤੱਤੇ ਤਵੇ ਤੇ ਔਰ ਰੋਟੀ ਛੜਦੀ ਹੁੰਦੀ ਆ ਤੇ ਤੁਣਕਾ ਤੁਣਕਾ ਕਰਕੇ ਰੋਟੀ ਚੜਦੀ ਹੋਈ ਚੜਦੀ ਹੁੰਦੀ ਹੈ ਉਧਰ ਸਾਡਾ ਬਹੁਤ ਪਿਆਰਾ ਵੀਰ ਹੈ ਦੁੱਖ ਸੁੱਖ ਦਾ ਸਾਥੀ ਸਾਹਮਣ ਵਾਲੀ ਹੈ ਕਹਿੰਦੇ ਜਗਦੀਪ ਢਿੱਲੋਂ ਰਹਿੰਦਾ ਆਸਟ੍ਰੇਲੀਆ ਜਿੱਤ ਦਾ ਨਾਮ ਆਸਟ੍ਰੇਲੀਆ ਦੀ ਵਾਲੀਬਾਲ ਦੇ ਵਿੱਚ ਵੀ ਸਿੱਕਾ ਚੱਲਦਾ ਹੈ ਉਹ ਭਰਾ ਵੀ ਕਹਿੰਦੇ ਜੁੜਿਆ ਹੋਇਆ ਹੈ ਲਹਿਰ ਮੈਚਾਂ ਦਾ ਆਨੰਦ ਮਾਣ ਰਹੇ ਹੈ ਵੱਡਾ ਧੰਨਵਾਦ ਕਰਾਂਗੇ ਆਸ਼ੂ ਕਾਲੀ ਵਾਲੇ ਦਾ ਵਾਹ ਉਸ ਨੇ ਕਮਾਲ ਕਰ ਦਿੱਤੀ ਹੈ ਆਪਣੇ ਘਰ ਚੱਲਦੇ ਸੋਹਣੇ ਵੀਰਾਂ ਆਓ ਸੋਹਣੇ ਵੀਰ ਮੇਰੀ ਬੇਨਤੀ ਆ ਗੁਜ਼ਾਰਿਸ਼ ਹੈ ਮੇਰੀ ਵੀਰ ਉਧਰ ਗੁਆਂਢੀ ਵਾਲੇ ਭਰਾ ਵੀ ਪੁੱਜੇ ਐਸੇ ਗ੍ਰਾਉਂਡ ਕਬੱਡੀ ਦਾ ਖੇਡਿਆ ਜਾਣਾ ਹੈ ਪ੍ਰਬੰਧ ਕਮੇਟੀ ਸਮੁੱਚੀ ਸਾਡੀ ਕਬੱਡੀ ਦੀ ਉਹ ਵੀ ਆ ਗਈ ਹੈ ਮੋਸਟ ਵੈਲਕਮ ਜੀ ਆਇਆਂ ਆਖਾਂਗੇ ਜਿੱਥੇ ਹਰ ਸਾਲ ਦੀ ਤਰ੍ਹਾਂ ਦੁਨੀਆ ਦੇ ਵੱਡੇ ਵੱਡੇ ਵੀਰਾਂ ਦਾ ਵੀ ਹਰ ਦਿਨ ਜਲਦੀ ਦੇ ਨਾਲ ਆ ਜਾਓ ਕਿਰਪਾ ਕਰਕੇ ਚੁੱਗਿਆਂ ਦੀ ਟੀਮ ਨਹੀਂ ਜੱਗੀ ਕਿੱਥੇ ਆ ਚੁੱਗਿਆਂ ਵਾਲੇ ਇੱਕ ਮਿੰਟ ਚ ਆਉਣਗੇ ਵਾਹ ਗੋਪਿਆ ਓਕੇ ਓਕੇ ਮਨਪ੍ਰੀਤ ਸ਼ੁਕਰੀਆ ਬਾਈ ਬਹੁਤ ਬਹੁਤ ਕੁਲਵੰਤ ਸਿੰਘ ਜੀ ਹਾਂਜੀ ਵੀਰ ਕਰੋ ਕੁਲਵੰਤ ਸਿੰਘ ਕਰੋ ਸ਼ੇਅਰ ਕਰੋ ਬਾਈ ਹਾਂ ਚੇਂਜ ਨਹੀਂ ਵਾਹ ਏ ਕਮਲ ਥਾਣਾ ਸਿੰਘ ਧਾਲੀਵਾਲ ਸ਼ੁਕਰੀਆ ਬਾਈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥਾਣੇ ਬਾਈ ਕਿਹਾ ਰਾਜਾ ਦਾ ਟੀਮਾਂ ਆ ਗਈਆਂ ਦੋਨੋਂ ਮੈਂ ਚਲਾ ਦੀਏ ਹੈਗਾ ਦੂਜਾ ਆਪਣਾ ਸਿੱਧੂ ਸਲੇਮ ਜਾ ਬਾਈ
ਕਾਲੀ ਵਾਲਾ ਵੀ ਆ ਗਈ ਹੈ ਤੇ ਚਿੜਕੇ ਵਾਲੇ ਮੁੰਡੇ ਵੀ ਆ ਗਏ ਮਿਸਟਰ ਅਸਗਰ ਬਾਹਰ ਬਦਲੀ ਕਰਾਉਣ ਵਾਸਤੇ ਚਲਾਈਏ ਮੈਂ ਜਲਦੀ ਦੇ ਨਾਲ ਆਓ ਵੀਰੇ ਮੇਰੀ ਬੇਨਤੀ ਆਪਾਂ ਮੈਚ ਸ਼ੁਰੂ ਕਰੀਏ ਪਰ ਇੱਧਰ ਵੇਖ ਖਿਡਾਈਆਂ ਦੇ ਮੁੰਡੇ ਧੱਕਤਾਂ ਨੇ ਕਰਵਾਈ ਆਉਂਦੇ ਆ ਗਰਨਾਲ ਇੱਕ ਦੇ ਨੰਬਰ ਦੱਸਦੀ ਕਿਹੜਾ ਕਿਹੜਾ ਮੈਚ ਇੱਕ ਮੇਰੀ ਬਾਈ ਪਹੁੰਚਦੇ ਵੀ ਜਾਣਕਾਰੀ ਜ਼ਰੂਰ ਦੇ ਦੀ ਕਿਹੜੇ ਕਿੰਨੇ ਨੰਬਰ ਕੀ ਦੇ ਗੋਪਿਆ ਦੱਸੋ ਵੀਰੇ ਕਿੰਨੇ ਨੰਬਰ ਬਣਾ ਦੋ ਸ਼ੇਅਰ ਕਰ ਦੋ ਸਾਰੇ ਭਰਾ ਸਾਰੇ ਵੀਰਾ ਧੰਨਵਾਦ ਬੋਲਦੇ ਬਸ ਕੋਈ ਨਾ 15 11 ਦੀ ਖੇਡ 17 ਤੇ ਆਪਾਂ ਇੱਕ ਨੰਬਰ ਗਰਾਊਂਡ ਦੇ ਵਿੱਚ 15 ਤੇ 11 ਦੀ ਟੱਕਰ ਜੀ ਅਗਲਾ ਮੈਚ ਵੀ ਆਪਾਂ ਜ਼ਰੂਰ ਬੋਲਾਂਗੇ ਮੇਰੀ ਬੇਨਤੀ ਆ 15 10 ਤੇ ਕਿਹੜੀ ਟੀਮ ਦੇ ਬਈ ਸ਼ੁਕਰੀਆ ਔਰ ਦੂਸਰੀ ਧੰਨਵਾਦ ਬਈ ਗੁਲਵੰਤ ਬਈ ਬਹੁਤ ਬਹੁਤ ਸ਼ੁਕਰੀਆ ਗੁਲਵੰਤ ਬਈ 11 ਨੰਬਰ ਇਧਰ ਬਹੁਤ ਤਾਂ ਧੰਨਵਾਦ ਸ਼ੁਕਰੀਆ ਬਈ ਬਹੁਤ ਲਾਲਾ ਜਿਹੜੀ ਹੋਈ ਪਈ ਆ ਆ ਪ੍ਰਮੰਦਰ ਕੀ ਆ ਬਈ ਬੰਦ ਕਰਦੇ ਸ਼ੇਰ ਰੱਖੋ ਬਈ ਵਾਹ ਗੋਪਿਆ ਵਾਹ ਇਹ ਧੰਨਵਾਦ ਇਹਦੇ ਚਰਚੇ ਬਟੇ ਆ ਵਿੱਚ ਗੋਪਾ ਬੰਨ ਵਾਲਾ ਲਾਗਦਾਰ ਤੇ ਕੀ ਕਹੋਗੇ ਕਿੰਗ ਦੇ ਬਾਲ ਕੀ ਰਾਜਦੀਪ ਉਧਰ ਕਦੇ ਇੱਕ ਨੰਬਰ ਗਰਾਊਂਡ ਚ ਗੱਗਾ ਨਗਰ ਵਾਲੇ ਮੁੰਡਾ ਦਾ ਪੇਟਾ ਵੀ ਹੈ ਕਦੇ ਛੋਟੀਆਂ ਭਾਊ ਦੀ ਟੀਮ ਦੇ ਨਾਲ ਪਿਆ ਹੋਇਆ ਹੈ ਇਹ ਤੋਂ ਬਾਅਦ ਵਾਲੀਆਂ ਟੀਮਾਂ ਜਿਹੜੀਆਂ ਬੋਲੀਆਂ ਹੋਈਆਂ ਗੁਰਾਂ ਦੇ ਕਈ ਵਾਰੀ ਬੋਲ ਦਿੱਤਾ ਮੇਰੇ ਵੀਰ ਜੱਸੀ ਬੰਗੀ ਵਾਲਾ ਆਓ ਸਾਹਮਣੇ ਇਹ ਵੀ ਕਹਿੰਦੇ ਚੰਗੇ ਸਟਾਜਾਂ ਦੇ ਚੰਗੇ ਹੋਇਆ ਕਹਿੰਦੇ ਦਾ ਪਿੰਡ ਹੈ ਕਹਿੰਦੇ ਚੰਨ ਵਜਾ ਅੱਠ ਵਿਲਾ ਜੀ ਰੈਫਰੀ ਆ ਵਿਲਾ ਦੇ ਇਲਾਕੇ ਦਾ ਕਹਿੰਦੇ ਵੱਡਾ ਖਿਡਾਰੀ ਹੈ ਰੱਬ ਦੀ ਬਰਾੜ ਬਹੁਤ ਸੋਹਣਾ ਮੁਕਾਬਲਾ ਨਾਲ ਲੰਘਿਆ ਨਾ ਟਿੱਕੇ ਦਾ ਪਿੰਡ ਹੈ ਦੁਨੀਆਂ ਦੇ ਸੁਪਰ ਸਟਾਰ ਖਿਡਾਰੀ ਦਾ ਲੰਘਿਆ ਨੀ ਆ ਟਿੱਕਾ ਜਲਦੀ ਦੇ ਨਾਲ ਆ ਜੇ ਆਪਣੀ ਟੀਮ ਲੈ ਕੇ ਫਿਰੋਜ਼ ਸ਼ਾਹ ਸੀ ਵਾਲੇ ਮੁੰਡੇ ਚਲਾਈਏ ਮੈਂ ਸੁਣਿਆ ਆਪਾਂ
ਚਾਰ ਨੰਬਰ ਗਰਾਊਂਡ ਚ ਨੂਰਪੁਰੇ ਵਾਲੇ ਮੁੰਡੇ ਆ ਗਿਆ ਜੀ ਨੂਰਪੁਰਾ ਜਲਦੀ ਦੇ ਨਾਲ ਜੱਸੀ ਬੋਤੇ ਤੇ ਨੂਰਪੁਰੇ ਦੀਆਂ ਟੀਮਾਂ ਆ ਜਾਓ ਕਿਰਪਾ ਕਰਕੇ ਲੈ ਵੀ ਗੰਗਾਨਗਰ ਵਾਲੇ ਬਰੈਦਰੀ ਆ ਜਾਓ ਜਾਖੜ ਗੰਗਾਨਗਰ ਵਾਲੇ ਮੁੰਡੇ ਆ ਗਿਆ ਧੰਨਵਾਦ ਸਿਆਣੇ ਚੀਜ਼ਾਂ ਨੂੰ ਪੈਂਦੀ ਗੋਪਾ ਵੱਲੋਂ ਆ ਜਾਓ ਜਲਦੀ ਦੇ ਨਾਲ ਇੱਕ ਨੰਬਰ ਗਰਾਊਂਡ ਗੋਪਿਆ ਗੋਪੀ ਬੰਗੀ ਕਿੰਗ ਬਲਾਡਰ ਫਰੀਦਕੋਟ ਸਾਡਾ ਭਰਾ ਜੱਸੀ ਵੀ ਪਹੁੰਚ ਗਿਆ ਔਰ ਇਧਰੋਂ ਪਹਿਲਾਂ ਜਿੱਤ ਕੇ ਗਏ ਮੁੰਡੇ ਗੰਗਾਨਗਰ ਵਾਲੇ ਜਾਖੜ ਆ ਗਏ ਆ ਗਏ ਮੁੰਡੇ ਚਾਰ ਨੰਬਰ ਗਰਾਊਂਡ ਤੇ ਗੁਰਦਾਸ ਚੱਲਿਆ ਮੈਂ ਦੇਖੀ ਮੇਰਾ ਵੀਰ ਬਣ ਕੇ ਉਧਰ ਤਲਵੰਡੀ ਵਾਲਾ ਜੀਤ ਆ ਗਿਆ ਸਮੇਂ ਦਾ ਬੜਾ ਪਾਵਰਦਾਰ ਹੈ ਸਾਡਾ ਵੀਰ ਤਲਵੰਡੀ ਵਾਲਾ ਜੀਤ ਵੀ ਆ ਗਿਆ ਵੱਡਾ ਖਿਡਾਰੀ ਹੈ ਸਾਡੀ ਖੇਡ ਦਾ ਮਾਣ ਹੈ ਵੱਡੇ ਭਰਾ ਤੇ ਸਾਨੂੰ ਸਾਨ ਹੈ ਸਾਡੇ ਇਲਾਕੇ ਦੀ ਜ਼ਿਲ੍ਹੇ ਬਰਨਾਲੇ ਦਾ ਮਾਣ ਹੈ ਰਾਜਪੂਤਾਂ ਦਾ ਕੱਪ ਜਿੱਤਿਆ ਮੁੰਡਿਆਂ ਨੇ ਤੇ ਇੱਕ ਗੱਲ ਦਾ ਲਾਭ ਹੈ ਜੀਤ ਤੇਰੇ ਟੂਰਨਾਮੈਂਟ ਤੇ ਬਾਕੀ ਸਾਰੇ ਆ ਗਏ ਹੈ ਤੇ ਰਣ ਕਹਿੰਦਾ ਵੀ ਮੈਂ ਆਉਣਾ ਸੀ ਉਧਰ ਦਿੱਲੀ ਸੀ ਤੇ ਦਿੱਲੀ ਬੰਦ ਕਰਤੀ ਤਾਂ ਕਰਕੇ ਨੀ ਆਇਆ ਗਿਆ ਤੇ ਜੀਤ ਦੇ ਟੂਰਨਾਮੈਂਟ ਤੇ ਮੈਂ ਜਰੂਰ ਆਉਣਾ ਸੀ ਤੇ ਫੋਨ ਮੈਨੂੰ ਜਰੂਰ ਆ ਗਿਆ ਸੀ ਰੌਣਕ ਦਾ ਚਲਾਓ ਜੀ ਮੈਂ ਜਲਦੀ ਦੇ ਨਾਲ ਜਾਖੜ ਜੀ ਮੈਂ ਚਲਾਉਂਦੀ ਜੱਸੀ ਬੋਧਿਆਂ ਦੀ ਟੀਮ ਵੀ ਆ ਗਈ ਹੈ ਜੀ ਹੈਪੀ ਸ਼ਰਮਾ ਸ਼ੁਕਰੀਆ ਸ਼ੁਕਰੀਆ ਵੀ ਆਪਾਂ ਜਲਦੀ ਤੋਂ ਪਹਿਲਾਂ ਮੈਚ ਦੀ ਜਿਹੜੀ ਸ਼ੁਰੂਆਤ ਕਰ ਦਾਂਗੇ ਗਰਾਊਂਡ ਨੰਬਰ 1 ਦੇ ਵਿੱਚ ਪਰ ਮਿੰਟਾਂ ਦੀ ਕੱਲੀ ਕੱਲੀ ਅੱਖ ਜਿਹੜੀ ਉਹ ਗਰਾਊਂਡ ਨੰਬਰ 2 ਦੇ ਉੱਤੇ ਟਿੱਕੀ ਹੋਈ ਉਹ ਨਜ਼ਰ ਆ ਦੋ ਨੰਬਰ ਦਾ ਧੱਬਾ ਬਣ ਪੱਟੀਆਂ ਦੋ ਨੰਬਰ ਦਾ ਫੱਟਾ ਬਣ ਤੇ ਅਕਸ਼ਰ ਨੂੰ ਕੋਲ ਨਿਕਿਆ ਆਲੇ ਮੁੰਡਿਆ ਗੱਲੂ ਨੇ ਕਮਾਲ ਜਿਹੜੀ ਕਰੀ ਪਈ ਹੈ ਮੈਚ ਬਹੁਤ ਚੋਟੀ ਦਾ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਇਧਰ ਗੱਲਾਂ ਬਾਤਾਂ ਬੰਡੀਆਂ ਨੇ ਲੈ ਦੇਖਿਆ ਆਉ ਕੰਮ ਵੱਡੇ ਕਰਨੇ ਪੈਣੇ ਛੋਟੇ ਵੀਰਾ ਅਗਲੇ ਰਾਊਂਡ ਦੇ ਵਿੱਚ ਜਾਣਾ ਤੇ ਇਧਰ ਮੁੰਡਿਆਂ ਨੂੰ ਘਰ ਦਾ ਰਸਤਾ ਜਿਹੜਾ ਦਿਖਾਉਣਾ ਪੈਣਾ ਫੇਰ ਜਾ ਕੇ ਕਿਤੇ ਲੋਕਾਂ ਨੇ ਸਰਨਾਮੇ ਪੁੱਛਣੇ ਆ ਵੀ ਆਹ ਮੁੰਡਾ ਬਹੁਤ ਤਕੜਾ ਕਿਹੜਾ ਪਿੰਡ ਹੈ ਲਓ ਸਾਹਮਣੇ ਇਧਰ ਪੱਲੋ ਵਾਲਾ ਤੇ
ਬਠਿੰਡਾ ਚੱਕ ਜਮਾਲਗੜ੍ਹ ਸ਼ੁਕਰੀਆ ਸ਼ੁਕਰੀਆ ਕੁਲਦੀਪ ਸਿੰਘ ਆਸ਼ਦੀਪ ਸਿੰਘ ਲਵਪ੍ਰੀਤ ਬਾਲ ਸਾਰੇ ਖੇਡਾਂ ਦਾ ਬਾਈ ਸਿੰਧੂ ਆਇਆ ਵੇ ਸਿੰਧੂ ਦਾ ਅਗਲਾ ਮੈਚ ਆ ਵੀਰੇ ਅਗਲਾ ਮੈਚ ਕਟਿਆਲ ਦੀ ਖੇਡਾਂ ਸਿੱਧੂ ਨੇ ਪਾਲ ਗਿਆ ਲੈ ਮੈਚ ਗੋਪਾ ਵੱਲੋਂ ਵਾਲਾ ਜਸਨ ਗੱਲ ਵੱਡੀ ਆ ਜੀ ਬਾਈ ਮੈਚ ਨੇ ਚੱਲਿਆ ਚਾਰ ਨੰਬਰ ਚ ਵੇਲੇ ਬਹੁਤ ਮਾੜੀ ਗੱਲ ਹੈ ਇੰਨੇ ਟਾਈਮ ਨੇ ਕਹਿੰਦਾ ਮੈਚ ਹੋ ਜਾਣਾ ਜੀ ਸੁਣਿਆ ਜਲਦੀ ਦੇ ਨਾਲ ਮੈਚ ਮੇਰਾ ਕਹਿਣ ਤੇ ਜੀ ਨੀ ਕਰਦਾ ਮੁੰਡਾ ਬੜਾ ਸਿਆਣਾ ਲੱਡੂ ਬਾਅਦ ਚ ਖਾਲੀ ਕੋਈ ਗੱਲ ਨੀ ਮੇਰੀ ਯਾਰ ਨੂੰ ਲੱਡੂਆਂ ਦਾ ਘਾਟਾ ਨੀ ਮੈਂ ਚਲਾ ਦੇ ਸੁਣਿਆ ਕਿਰਾ ਜਲਦੀ ਹਾਂਜੀ ਦਰਸਾਵੀਰ ਰਾਜਪੁਰ ਗੱਗੂ ਗਿੰਦ ਵੀ ਆਇਆ ਹੋਇਆ ਸਰਾਣੀ ਪਿੰਡ ਕਹਿੰਦੇ ਗੱਗੂ ਗਿੰਦ ਦਾ ਹਰ ਕਹਿੰਦੇ ਚਰਚੇ ਆ ਦੂਰ ਦੁਰਾਡੇ ਬਹੁਤ ਵੱਡਾ ਧੰਨਵਾਦ ਜ਼ਿੰਦਗੀ ਦਾ ਬੜਾ ਸਤਿਕਾਰਯੋਗ ਵੀਰ ਆ ਲੈ ਵੀ ਨੰਬਰ ਇੱਕ ਵਾਰੀ ਜ਼ਰੂਰ ਦੱਸ ਦੇ ਮੁੰਦਰਾਂ ਵਾਲਿਆਂ ਕਿੰਨੇ ਕਿੰਨੇ ਹੋ ਗਏ ਆ ਗੱਗੂ ਆ ਗਿਆ ਸਰਾਣੀ ਵਾਲਾ ਢਿੱਲੋਂ ਦਾ ਕਹਿੰਦੇ ਚੇਲਾ ਹੈ ਇਹ ਵੀ ਪੱਕੀਆਂ ਕੰਧਾਂ ਚ ਕਿੱਲ ਲਾਉਂਦਾ ਅੱਜ ਕੱਲ ਬਹੁਤ ਸੋਹਣਾ ਮੈਚ ਇੱਧਰ ਇੱਕ ਦਾ ਵੀ ਮੈਚ ਕਹਿੰਦੇ ਬੜਾ ਤਕੜਾ ਹੈ ਨੂਰਪੁਰ ਦਾ ਲੱਡੂ ਖੇਡ ਰਿਹਾ ਖੇਡ ਮੈਦਾਨ ਦੇ ਵਿੱਚ ਗਿਆਨੀ ਵਰਗੇ ਬਹੁਤ ਵਧੀਆ ਟੀਮ ਹੈ ਨਾਲ ਕਹਿੰਦੇ ਪੈਮਲ ਖੇਡ ਰਿਹਾ ਹੈ ਬਹੁਤ ਸੋਹਣੀ ਟੀਮ ਮੁੰਡਿਆਂ ਦੀ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹੈ ਦੂਜੇ ਪਾਸੇ ਕਹਿੰਦੇ ਜੱਜ ਦਾ ਚੰਡਿਆ ਹੋਇਆ ਪੱਠਾ ਹੈ ਉਹ ਸਾਹਮਣੇ ਬਿੱਟੀ ਖੇਡ ਰਿਹਾ ਹੈ ਨਾਲ ਸੋਹਣਾ ਲੰਬਾ ਗੁਈਆਂ ਵਾਲੇ ਦਾ ਤੇ ਨਾਲ ਕਹਿੰਦੇ ਤਲਵੰਡੀ ਵਾਲਾ ਜੀਤ ਹੈ ਤੇ ਰੌਣਕਦੀਆਂ ਤੇ ਗੱਲਾਂ ਬਾਤਾਂ ਵੱਖਰੀਆਂ ਅੱਜ ਬੜੇ ਲੰਬੇ ਸਮੇਂ ਬਾਅਦ ਰੌਣਕ ਫਿਰ ਕਹਿੰਦੇ ਗੋਡਿਆਂ ਵਾਲੇ ਜੱਸੇ ਦੀ ਟੀਮ ਦੇ ਲਈ ਨਾਮਾ ਖੇਡ ਰਿਹਾ ਹੈ ਨਾਮਾ ਜਾਣਦਾ ਰੌਣਕ ਬਾਰੇ ਬੜਾ ਦੱਸਣ ਦੀ ਲੋੜ ਨੀ ਬਹੁਤ ਸੋਹਣਾ ਮੈਚ ਨਵੀਂ ਭੈਣੀ ਵਾਲਾ ਦੱਸੀ ਨੰਬਰ ਇੱਧਰ ਕਿੰਨੇ ਕਿੰਨੇ ਹੈ ਲਓ ਸਾਹਮਣੇ ਮੈਚ ਕਹਿੰਦੇ ਬੜਾ ਟੌਪ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਹਰ ਚਰਚੇ ਖੜਿਆ ਉੱਧਰ ਗੱਗੂ ਆਇਆ ਭਰਾ ਸਾਡਾ ਸਰਾਲੀ ਪਿੰਡ ਇਸ ਇਲਾਕੇ ਦਾ ਬੜਾ ਮਸ਼ਹੂਰ ਪਿੰਡ ਹੈ ਦਵਾਮਾ ਦੇ ਸਾਡੇ ਵੱਡੇ ਵੀਰ ਦੇ ਲਈ ਪਹਿਲੀ ਵਾਰੀ ਵੱਡੇ ਛੋਟੇ ਘਰ ਦੇ ਟੂਰਨਾਮੈਂਟ ਤੇ ਮਿਲੇ ਸੀ ਭਰਾ ਨੂੰ ਤੇ ਬਾਅਦ ਦੇ ਵਿੱਚ ਮੁਲਾਕਾਤ ਹੁੰਦੀ ਆ ਰਹੀ ਹੈ ਔਰ ਗੁਜ਼ਾਰਿਸ਼ ਆ ਵੀ ਜ਼ਰੂਰ ਵੀਰੇ ਗਰਾਊਂਡਾਂ ਵੱਲ ਹੁਣ ਆਇਆ ਕਰੋ ਉੱਧਰ ਵੀ ਭਰਾ ਬਣ ਕੇ ਇੱਧਰ ਪਤਾ ਵੀ ਮੇਲੇ ਬਹੁਤ ਪਿਆਰੇ ਹੁੰਦੇ ਤੇਰੇ ਕੋਲੇ ਤੂੰ ਵੀ ਮਿਹਨਤ ਕੀਤੀ ਆ ਦਿਨ ਦਾ ਤਿੰਨ ਜੀਤਾ ਤੇ ਬਾਬੇ ਨਾਨਕ ਦੀ ਕਿਰਪਾ ਤੇਰੇ ਤੇ ਹੋਈ ਆ ਨਜ਼ਰ ਦਾ ਔਰ ਬੜੇ ਮਾਣ ਵਾਲੀ ਗੱਲ ਹੈ ਵੀ ਆ ਪਿੰਡਾਂ ਦੇ ਵਿੱਚ ਮੁੰਡਾ ਉੱਠਿਆ ਤੇ ਚਰਚੇ ਦੁਨੀਆਂ ਦੇ ਵਿੱਚ ਕਵਾਇਆ ਆ ਕਹਿੰਦੇ ਖਿਡਾਰੀ ਮੇਰੇ ਮਿੱਤਰੋ ਜਦੋਂ ਜਦੋਂ ਇਕੱਠੇ ਖੇਡੇ ਤੇ ਲੋਕਾਂ ਨੇ ਆਨੰਦ ਮਾਣਿਆ ਆ ਮੁੰਡਿਆਂ ਦੀ ਖੇਡ ਦਾ ਉੱਧਰ ਇੰਦਰ ਵੀ ਆਇਆ ਭਰਾ ਸਾਡਾ ਕੈਨੇਡਾ ਵਾਲਾ ਸਹਿਜ ਦਾ ਵੀਰ ਉਹਦਾ ਵੀ ਬੜਾ ਧੰਨਵਾਦ ਕਰਦੇ ਆ ਅੱਜ ਦੇ ਵੱਡੇ ਕੱਪ ਦੇ ਉੱਤੇ ਪੁੱਜਿਆ ਹੋਇਆ ਰੋਟੀ ਦਾ ਮੈਚ ਖੇਡਦੇ ਗਰਾਊਂਡ ਦੇ ਅੰਦਰ ਵੀ ਮਿਰਗਾ ਤੇਰੇ ਅੰਦਰ ਹੀ ਉਹ ਕਸਤੂਰੀ ਹੁੰਦੀ ਏ ਹਰ ਕੰਮ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਮਬੱਤੀਆਂ ਤੇ ਕਦੇ ਕੜਾਹੇ ਰੇਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਮੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਆ ਜਿਹੜੀ ਮਿਹਨਤ ਕੀਤੀ ਹੁੰਦੀ ਆ ਤੇ ਫਿਰ ਇੱਕ ਨਾ ਇੱਕ ਦਿਨ ਉਹ ਰੌਲਾ ਜ਼ਰੂਰ ਪਾਉਂਦੀ ਆ ਮੇਰੇ ਮਿੱਤਰੋ ਔਰ ਸਾਹਮਣੇ ਆ ਮੁੰਡਿਆਂ ਨੇ ਮਿਹਨਤ ਕੀਤੀ ਆ ਇਧਰ ਰਾਜਵੀਪਰਾ ਕਹਿੰਦੇ ਦੁਨੀਆਂ ਦਾ ਪਿੰਡਾ ਜਿਹੜੇ ਖਿਡਾਰੀ ਨਾਲ ਤਲਵੰਡੀ ਵਾਲਾ ਜੀਤ ਖੇਡਦਾ ਔਰ ਕੱਲ ਦੇ ਕਹਿੰਦੇ ਖੇਡ ਮਿਲਦੇ ਆ ਤਲਵੰਡੀ ਦੀ ਟੀਮ ਅੱਜ ਕਹਿੰਦੇ ਜੀਤ ਆਇਆ ਹੋਇਆ ਨਾਲ ਕਹਿੰਦੇ ਕੁੱਟੀ ਵਾਲਾ ਪਿੰਡਾ ਮੇਰੇ ਮਿੱਤਰ ਡਿੱਗੀ ਦਾ ਰੌਣਕਾ ਦੇਖਾਂਗੇ ਕੌਣ ਜੋੜੂਗਾ ਆਪਣੀ ਟੀਮ ਦੇ ਲਈ ਵੀ ਕਦੇ ਨਾ ਗਰਾਊਂਡ ਚ ਪੱਜਣ ਖਾਦੀਆਂ ਮਿੱਤਿਆਂ ਚ ਸਿੱਟਣੇ ਦੇ ਚੌਂਕ ਤੇ ਕੜੀ ਤੇ ਕਹਿੰਦਾ ਕਿ ਆਜ਼ਾਦੀਆਂ ਦਾ ਰੇਤ ਪੁੱਛਣਾ ਔਰ ਜਿੰਨੀ ਬਈ ਸਰਾਬੇ ਦੀ ਕਿਤਾਬ ਦੀ ਪੜੀ ਹੈ ਤੇ ਢਿੱਲੋਂ ਟਾਵੇ ਪੈਰ ਛੱਡਦੇ ਆ ਤੇ
ਸੋਨੀ ਸਕੋਰ ਕੀ ਆ? ਨੌ ਨੌ ਬਰਾ ਨੌ 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 ਬਰਾਬਰ ਅੱਛਾ ਨੌ ਨੌ ਓਕੇ ਜੀ ਨੌ ਬਰਾਬਰੀ ਦੇ ਮੈਚ ਜਿਹੜਾ ਖੇਡਿਆ ਜਾ ਰਿਹਾ ਜਿਹੜੇ ਤੁਸੀਂ ਕਰਵਾਏ ਆਪਣੇ ਸਮਿਆਂ ਦੇ ਵਿੱਚ, ਮੈਂ ਕਹਿਣਾ ਹੁੰਦਾ ਵੀ ਅਸੀਂ ਨਵੇਂ ਆ ਤੇ ਸਾਨੂੰ ਤੇ ਵੀਰੇ ਪੱਕੀਆਂ ਪਕਾਈਆਂ ਮਿਲੀਆਂ ਹੋਈਆਂ ਤੇ ਅਸੀਂ ਪੱਕੀਆਂ ਪਕਾਈਆਂ ਖਾਧੀਆਂ ਔਰ ਵੱਡੀ ਮਿਹਨਤ ਕੀਤੀ ਆ ਬਾਈ ਬੂਟੇ ਵਰਗਿਆਂ ਨੇ, ਦਿਲਸ਼ਾਨ ਵਰਗਿਆਂ ਨੇ ਔਰ ਮੇਰੇ ਮਿੱਤਰ ਢਿੱਲੋਂ ਵਰਗਿਆਂ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ। ਅੱਜ ਖੇਡ ਨੂੰ ਇੱਥੋਂ ਤੱਕ ਲੈ ਕੇ ਆਏ ਨੇ ਔਰ ਜਵਾਬਾਂ ਨੇ ਸਾਡੇ ਵੀਰਾਂ ਦੇ ਲਈ ਔਰ ਹੀਰਖਾ ਨਹੀਂ ਕਰਨੀ ਚਾਹੀਦੀ, ਸਾਥ ਦੇਣਾ ਚਾਹੀਦਾ ਸੀਨੀਅਰਾਂ ਦਾ ਔਰ ਸਤਿਕਾਰ ਕਰਨਾ ਚਾਹੀਦਾ। ਬੇਨਤੀ ਹੈ ਜਿਹੜੇ ਨਵੇਂ ਮੁੰਡੇ ਲੱਗਦੇ ਜਿਹੜਾ ਇਨਸਾਨ ਆਪਣੇ ਸੀਨੀਅਰ ਦੀ ਕਦਰ ਨਹੀਂ ਕਰਦਾ ਤੇ ਉਹਨੂੰ ਮੈਂ ਇਨਸਾਨ ਨਹੀਂ ਮੰਨਦਾ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਇੱਧਰ ਦੱਸ ਦੇ ਕੌਣ ਦੀ ਟੱਕਰ ਜੀ? ਬਾਤੇ ਗੁਰਲਾਲ
ਜਨਾਂ ਨਾਲ ਜੁੜ ਰਹੀ ਹੈ ਤੇ ਸਾਹਾਂ ਤੋਂ ਵੀ ਉਲਕੀ ਵੀ ਮਿਲ ਜਾਂਦੀ ਹੈ ਤੇ ਸਾਹਾਂ ਨੇ ਆਵੇਂ ਦੀ ਤੱਤ ਕਰਦੇ ਹੋਏ ਲੈ ਵੀ ਸਾਈਡਾਂ ਚੇਂਜ ਹੋ ਗਈਆਂ ਨੇ ਦੱਸ ਵੇਖਣਾ ਵੀ ਸਾਡੇ ਵਾਲਾ ਕੀ ਕਰਦਾ ਭਿੰਡੇ ਨੇ ਸਪੈਸ਼ਲ ਮੈਸੇਜ ਕਰਕੇ ਕਿਹਾ ਵੀ ਅੱਜ ਥੋੜੀ ਦੇਰ ਆ ਵੇਖਾਂਗੇ ਕੀ ਕਰਦੇ ਸਾਡੇ ਵਾਲੇ ਔਰ ਕਦੇ ਕਮਾਲ ਜਿਹੜੀ ਹੋਈ ਪਈ ਹੈ ਇਧਰ ਦਸ ਦੇ ਭੁੱਲਿਆ ਨੀ ਤੂੰ ਕੀ ਲਿਖਿਆ ਸਮਝ ਨਹੀਂ ਮੈਂ ਕਿਹਾ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਜੱਸੇ ਸਮਝ ਗਿਆ ਮੈਂ ਮੈਨੂੰ ਪੈ ਜਾਣਾ ਸੀਗਾ ਦੰਦਾਂ ਪੰਜ ਕੇ ਕਿੰਨੇ ਕਿਲੋਮੀਟਰ ਪੰਜ ਜਾਣ ਤੇ ਪੰਜ ਦਸ ਪੈਣ ਜਦੋਂ ਮੈਂ ਤੈਨੂੰ ਲਾਇਆ ਰਾਤ ਭਰਾ ਟੱਪ ਗਿਆ ਓਕੇ ਓਕੇ ਸਮਝ ਗਿਆ ਸਮਝ ਗਿਆ ਸਮਝ ਗਿਆ ਕੈਨੇਡਾ ਤੋਂ ਹੈਲੋ ਸੰਧੂ ਸੁੱਖਾ ਅਜੂ ਭਰਿਆ ਬਾਈ ਅੱਛਾ ਬਲਾਰ ਮਹਿਮੇ ਮੁੰਡਾ ਵਾਲੀ ਯਾਰ ਤਾੜੀ ਮਾਰਦੇ ਜ਼ੋਰਦਾਰ ਬਠਿੰਡੇ ਵਾਲੇ ਧੁੱਪੀ ਗੱਡੀ ਤੁਰ ਜਾਂਦੇ ਆ ਨੰਬਰ ਕਹਿੰਦੇ 13ਵਾਂ ਮੁੰਡਿਆਂ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਇੱਧਰ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਗਿਲ ਫੋਟੋਗ੍ਰਾਫੀ ਮੁੱਢ ਵੀ ਵਾਲਾ ਸਾਡਾ ਵੀਰ ਇਹਨਾਂ ਹਸੀਨ ਪਲਾਂ ਨੂੰ ਆਪਣੇ ਕੈਮਰੇ ਦੀ ਅੱਖ ਚ ਕੈਦ ਕਰ ਰਿਹਾ ਹੈ ਬਹੁਤ 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 ਪਿਆਰਾ ਵੀਰ ਹੈ ਜ਼ਿੰਦਗੀ ਦਾ ਵੱਡਾ ਮੇਲਾ ਪਿੰਡ ਕਰਵਾਇਆ ਹੈ ਤੇ ਜੀਤ ਦੀ ਖੇਡ ਦਾ ਫੈਨ ਹੈ ਤਲਵੰਡੀ ਵਾਲਾ ਕਹਿੰਦੇ ਕਾਲਾ ਪ੍ਰਧਾਨ ਜਿਹੜਾ ਹੋਇਆ ਤੇ ਜੀਤ ਦਾ ਮੈਚ ਚੱਲ ਰਿਹਾ ਹੈ ਬੜਾ ਸੋਹਣਾ ਮੁਕਾਬਲਾ ਹਰ ਰਾਉਂਡ ਕਹਿ ਤਰੀਕਿਆਂ ਵਾਲਾ ਵਾਹ ਸੁਣਿਆ ਵਾਹ ਗੋਪੀ ਬਹੁਤ ਬਹੁਤ ਧੰਨਵਾਦ ਆ ਕਾਲਾ ਢਿੱਲੋ ਬੰਤਾ ਸਿੰਘ ਜੀ ਮੈਂਬਰ ਉਹਨਾਂ ਦਾ ਲਾੜਵਾ ਪੋਤਾ ਸੋ ਬਹੁਤ ਬਹੁਤ ਧੰਨਵਾਦ ਕਾਲਾ ਪ੍ਰਧਾਨ ਦਾ ਵੀ ਇਧਰ ਮੈਚ ਬੜਾ ਟੋਟੀ ਦਾ ਗਰਾਊਂਡ ਨੰਬਰ 3 ਦੇ ਵਿੱਚ ਵੀ ਇੱਕ ਪਾਸੇ ਕਾਲੀ ਵਾਲਾ ਫਰੈਂਚ ਕਲੱਬ ਯੂਐਸਏ ਆਸਟ੍ਰੇਲੀਆ ਦੀ ਟੀਮ ਕਹਿੰਦੇ ਟਾਪ ਦੀ ਹੈ ਜੀ ਸਰ ਚਾਰ ਦਾ ਵੀ ਇੱਕ ਦੋ ਨੰਬਰ ਹੀ ਬਾਕੀ ਹੈ ਬੋਲੀ ਕਿਹੜਾ ਮੈਚ ਹੈ ਜਵਾਨ ਚਾਰ ਨੰਬਰ ਗਰਾਊਂਡ ਤੇ ਮੈਚ ਜੀ
ਦੁਨੀਆ ਸ਼ਹਿਨਸ਼ਾਹ ਕਹਿੰਦੀ ਹੈ ਔਰ ਜਿਹੜੇ ਚੱਕਾ ਵਾਲੇ ਹਾਲਦਾਰ ਦੀ ਬਾਲ ਥਾਣੇ ਦੀ ਧਰਤੀ ਕਰਦੀ ਸੀਗੀ ਗੱਲਬਾਤ ਵੱਡੀ ਹੈ ਮੇਰੇ ਮਿੱਤਰੋ ਰਿਕਾਰ ਬੋਲਦੇ ਭੈਣੀ ਬਾਈ ਪਿੰਡਾਂ ਦੀ ਹੈ ਔਰ ਕਦੇ ਕਦੇ ਸ਼ੁਰੂਆਤਾਂ ਹੋਈਆਂ ਭੈਣੀਆਂ ਦੀ ਪਿੰਡ ਤੋਂ ਪਰ ਆਹ ਮੈਚ ਬੜਾ ਤਗੜਾ ਕਰ ਰਹੇ ਬਾਈ ਫਰੋਸਾ ਦੀ ਗੇਮ ਜੇਤੋ ਕਰੋ ਜੀ ਨਹੀਂ ਮੋਟੇ ਕਰੈਫੀ ਆ ਜਾਓ ਫਰੋਸਾ ਵਾਲੀ ਨਹੀਂ ਫਰੀਦਕੋਟ ਜਾਂ ਲਾ ਦੇ ਐਵਰੀ ਨਾਲ ਹੀ ਫਰਕ ਇਹਨਾਂ ਦਾ ਗੁਰਜਿੰਦਰ ਕਿੰਗਰਾ ਯੂਰੇ ਵਰਗੇ ਟੇਕੇ ਵਰਗੇ ਭੇਜੇ ਕੋਈ ਗੱਲ ਨੀ 14-10 ਹੋ ਗਏ ਇਧਰ ਵੀ ਮੁੰਡਿਆ 14-10 ਹੋ ਗਏ ਬਰਾੜ ਮੇਮੇ ਦੇ ਉਧਰ 10 ਪੁਆਇੰਟ ਭੱਟੀਆਂ ਵਾਲੇ ਮੁੰਡੇ ਡੇਲੀ ਲੱਗਿਆ ਫਿਰ ਡੇਲੀ ਦੇ ਉਸੇ ਉਸੇ ਹੁੰਦੇ ਅੱਛਾ ਮਹੀਨੇ ਦੀ ਦੇਖੋ ਡੇਲੀ ਲੱਗਿਆ ਫਿਰ ਹੋਰ ਆ ਕੋਈ ਕਰਨੀ ਪੈਂਦੀ ਹੈ ਦੂਜੇ ਤੋਂ ਕੋਈ ਗੱਲ ਨੀ ਵੀਰ ਖੇਡੋ ਯਾਰ ਭਰਾ ਬਣ ਕੇ ਵੀਰ ਬਣ ਕੇ ਨਹੀਂ ਕੋਈ ਨਾ ਕੋਈ ਨਾ ਕੋਈ ਗੱਲ ਨੀ ਵੀਰ ਹਾਲੇ ਮੈਚ ਇੱਧਰ ਵੀ ਲੋਕੋ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਮੈਚ ਇੱਧਰ ਵੀ ਬਰਾਬਰੀ ਦਾ ਦੋਨੋਂ ਟੀਮਾਂ ਬਰਾਬਰੀ ਦੀਆਂ ਨੇ ਕਰ ਵੀ ਦੇ ਸਰਸੋਂ ਨੇ ਵੀਰ ਇੱਕ ਮਿੰਟ ਬਾਲ ਬਾਲ ਫਾਈਟਰ ਆਇਆ ਰਵਿੰਦਰ ਕਮੋਜਾ ਘੱਟਾਂ ਵਿੱਚ ਦੱਸਦੇ ਫਾਈਟਰ ਖੇਡਣ ਅੱਜ ਰਵਿੰਦਰ ਕਮੋਜ ਪਿਛਲੇ 3-4 ਟੂਰਨਾਮੈਂਟ ਘੱਟਾਂ ਲਈ ਖੇਡਿਆ ਅੱਜ ਵੀ ਘੱਟਾਂ ਲਈ ਦਾ ਸੈੱਟ ਬਣਿਆ ਮੈਨੂੰ ਲੱਗਦਾ 7% ਉਹ ਵਾਹ ਜੱਸੂ ਨੁੰਨੀ ਬਹੁਤ ਧੰਨਵਾਦ ਜੀ ਇਹ ਬੰਗੀ ਵਾਲਾ ਪੁਆਇੰਟ ਬੋਲਿੰਗ ਰੇ 15-10 ਸਾਹਮਣੇ ਨੰਬਰ ਇੱਕ ਹੋਰ ਦੇ ਵਾਂਗੇ ਹੋ ਗਏ ਸੋਨੀ ਬਾਈ ਕੀ ਨੰਬਰ ਨਜ਼ਰ
ਲੱਡੂ ਨੇ ਲੱਡੂ ਦੇ ਦੇਣੇ ਕਿਆ ਨਾ ਜਿਹੜੇ ਹਿਸਾਬ ਨਾਲ ਰਾਤ ਚੱਲਦੇ ਹੈ ਇਹ ਨੂਰਪੁਰੀਆ ਲੱਡੂ ਆਓ ਮੇਰਾ ਵੀਰ ਬਣ ਕੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਮੈਂ ਬੇਨਤੀ ਕਰਦਾ ਬਾਈ ਜੀ ਮੈਚ ਖੇਡਣ ਦੇ ਲਈ ਆਓ ਕੱਬਰ ਬੱਚਾ ਪੀਤਾ ਕਹਿੰਦੇ ਮਦਰਸੇ ਵਾਲਾ ਜੀ ਨੇ ਜੀਤ ਹੱਥਾਂ ਦੇ ਵਾਲ ਖੜਾਤੀ ਹੈ ਬੜੀ ਸੋਹਣੀ ਖੇਡ ਹੈ ਮੁੰਡੇ ਦੀ ਬਾਕੀ ਕਹਿੰਦੇ ਮੇਰੇ ਮਿੱਤਰੋ ਮੁੰਡੇ ਐਨ ਪੂਰੇ ਸਟਾਰ ਹੈ ਪਰ ਇੱਧਰ ਪ੍ਰਬੰਧਕ ਵੀਰ ਕਹਿੰਦਾ ਜੇ ਪੱਲੂ ਵਾਲਾ ਖੋਪਾ ਟੱਪਾ ਪਾਉਂਦਾ ਤੇ ਆਪਾਂ 500 ਦੇ ਦਿਆਂਗੇ ਆਓ ਮੇਰੇ ਮਿੱਤਰ ਵੱਡੇ ਮਾਣ ਹੋਣਗੇ ਖਿਡਾਰੀਆਂ ਦੇ ਗਰਾਊਂਡ ਦੇ ਅੰਦਰ ਨੌਜਵਾਨ ਸਿਰੇ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਵਾਸੀਆਂ ਪਿੰਡ ਪਿੰਡ ਦੇ ਖਿਡਾਰੀਆਂ ਦਾ ਜੱਸੂ ਦੀ ਜੋੜੀ ਕਹਿੰਦੇ ਬੜਾ ਲੰਮਾ ਸਮਾਂ ਹਿੱਟ ਰਹੀ ਇਹਨਾਂ ਮੈਦਾਨਾਂ ਦੇ ਵਿੱਚ ਐਨ ਮੁੰਡਿਆਂ ਜਾਮੋ ਸਾਹਮਣੇ ਖੇਡ ਰਹੀ ਹੈ ਬਈ ਮੈਚ ਚਲਾ ਰਹੀ ਹੈ ਆਪਾਂ ਤਿੰਨ ਦਾ ਸਰਜੀਤ ਜੀ ਟੀਮਾਂ ਆਈਆਂ ਕਿ ਨਹੀਂ ਆਈਆਂ ਆਓ ਵੀਰੇ ਯਾਰ ਗਰਾਊਂਡ ਨੰਬਰ 3 ਦੀ ਟੀਮ ਆ ਜਾਣ ਮੇਰੀ ਬੇਨਤੀ ਆ ਭਰਾਓ ਸਾਡਾ ਨੂੰ ਪਰ ਇੱਧਰ ਮਨ ਦੇ ਨਹੀਂ ਨੌਜਵਾਨ ਜੀ ਇੱਕ ਵਾਰੀ ਮੈਚ ਬੋਲੋ ਤਿੰਨ ਚ ਕਿਹਦਾ ਦਵਾਲ ਕਿਹਦਾ ਮੈਚ ਹੈ ਤਿੰਨ ਚ 11-15 ਫੇਰ ਚੇਂਜ ਭਾਗਥਲੇ ਦੀ ਬੀ ਟੀਮ ਦਾ ਮੈਚ ਹੈ ਉੱਥੇ ਭਾਗਥਲੇ ਦੀ ਬੀ ਟੀਮ ਆ ਵੀਰੇ ਔਰ ਕਬਰਵਾਸਾ ਪੀਤੇ ਦੀ ਟੀਮ ਦਾ ਮੈਚ ਵਾਹ ਜੀ ਵਾਹ ਪੀਤਾ ਕਬਰਵਾਸਾ ਨਾਲ ਚੜ੍ਹਾਈ ਕਹਿੰਦੇ ਅੱਜ ਕੱਲ ਨੈਣਾ ਦੇਵੀ ਜਿੰਨੀ ਹੈ ਇਧਰ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਸਾਡੇ ਬਹੁਤ ਸਾਡੇ ਬਹੁਤ ਸਤਿਕਾਰ ਦੇ ਯੋਗ ਸਿੰਦਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਜਿਨ੍ਹਾਂ ਨੇ ਬੰਦੇ ਮਾਨ ਭੇਜਿਆ ਹੈ ਧੰਨਵਾਦ ਹੈ ਸਾਲ 15,000 ਦੇ ਸਹਿਯੋਗ ਹੈ ਤੇ ਅਗਲੇ ਸਾਲ ਭਰਾ ਕਹਿੰਦਾ ਜੋ ਪ੍ਰਬੰਧਕ ਵੀਰ ਮੂੰਹ ਚੋ ਬਾਜ ਕੱਢਣਗੇ 25,000 ਅਗਲੇ ਸਾਲ ਆਖਣ ਵਾਲੀ ਗੱਲ ਹੈ ਵੱਡੇ ਨੰਬਰ ਮੇਰੇ ਖਿਆਲ ਦੇ ਵਿੱਚ ਇੱਧਰ
ਬਲਾਲ ਮੇਮੇ ਦੇ ਸੁਣੀ ਬਾਰਾਂਦਰ ਦਾਦੀ ਗੁਰੂ ਫਰੋਸ਼ਾ ਦਾ ਸਨਮਾਨ ਕੱਪ ਦੇ ਨਾਲ ਔਰ ਜਗਮੀਤ ਫਰੋਸ਼ਾ ਦਾ ਸਨਮਾਨ ਜਿਹੜਾ ਵਾਲ ਪੇਪਰ ਦੇ ਨਾਲ ਸਾਡਾ ਭਰਾ ਗੋਰਾ ਹੈ ਬੱਧਨੀ ਵਾਲਾ ਨਾਲ ਗੁਰਜੀਤ ਫਰੋਸ਼ਾ ਔਰ ਨਾਲ ਗੁਰਪਕਾਰ ਇਹ ਸਾਡੇ ਭਰਾਵਾਂ ਵੱਲੋਂ ਕੀਤੇ ਜਾਣਗੇ ਬਹੁਤ ਬਹੁਤ ਮੁਬਾਰਕਾਂ ਨੇ ਬਾਰਾਂ ਪੰਦਰਾਂ ਹੋ ਗਏ ਤੇਰਵਾਂ ਨੰਬਰ ਜੋੜ ਕੇ ਭੱਟੀਆਂ ਵਾਲੇ ਮੁੰਡੇ ਵੀ ਕੈਮਰਾ ਫਾਈਵ ਬੀਬੀ ਸਿੰਘ ਜੀ ਉਹਨਾਂ ਦਾ ਬੇਟੇ ਉਹਨਾਂ ਵੱਲੋਂ ਕਲੱਬ ਦੇ ਲਈ ਬਹੁਤ ਵੱਡੀ ਸਹਾਇਤਾ ਆਈ ਹੈ ਬਹੁਤ ਬਹੁਤ ਧੰਨਵਾਦ ਜੀ ਦਾਲ ਜੀ ਪਰ ਪਹਿਲਾਂ ਪੜਾਈ ਪਿੰਡਾਂ ਢਿੱਲੋਂ ਜੀ ਕਨੇਡਾ ਦਾਲ ਬਾਈ ਸੁਖਰਾਜ ਜੀ ਉਸੇ ਗੋਪੀ ਢਿੱਲੋਂ ਦੇ ਨਾਲ ਢਿੱਲੋਂ ਪਰਮਜੀਤ ਬਾਈ ਇਹਨਾਂ ਵੀਰਾਂ ਦੇ ਵੱਲੋਂ ਪਹਿਲਾ ਪੜਾਈ ਦਿੱਤਾ ਜਾਵੇਗਾ ਅੱਜ ਦੇ ਸਿੱਖੀ ਟੂਰਨਾਮੈਂਟ ਦਾ ਪਹਿਲਾ ਪ੍ਰਾਈਜ ਆਉਂਦੇ ਸਾਲ ਅੱਛਾ ਆਉਂਦੇ ਸਾਲ ਜਦੋਂ ਮੇਲਾ ਹੋਊਗਾ ਤੇ ਜਿਹੜਾ ਖੇਡ ਵਾਲੀਬਾਲ ਦਾ ਪਹਿਲਾ ਪ੍ਰਾਈਜ ਜਿੰਨਾ ਵੀ ਕਹਿਣਗੇ ਪ੍ਰਬੰਧਕ ਵੀਰ ਇਹਨਾਂ ਭਰਾਵਾਂ ਦੇ ਵੱਲੋਂ ਦਿੱਤਾ ਜਾਣਾ ਹੈ ਵੱਡੇ ਕਹਿੰਦੇ ਪਹਿਲਾਂ ਭਰਾਵਾਂ ਦੇ ਔਰ ਕਹਿੰਦੇ ਆਉਂਦੇ ਸਾਲ ਵੀ ਭਰਾਵਾਂ ਨੇ ਕਹਿੰਦੇ ਨੀਂਹ ਰੱਖ ਦਿੱਤੀ ਹੈ ਪਰ ਦੋ ਨੰਬਰ ਗਰਾਊਂਡ ਦੀ ਮੈਚ ਬੜਾ ਤੜਕੇ ਤੜਕੇ ਵਾਲਾ ਕੋਈ ਗੱਲ ਹੋ ਰਿਹਾ ਜੀ ਲਈ ਬੀਤੇ ਖੇਡੀਏ ਜੇ ਆਪਾਂ ਲੇਟ ਹੋ ਗਏ ਸੁਣਿਆ ਫੇਰ ਨੀ ਗੱਲ ਬਣਦੀ ਕਹਿਣ ਨੂੰ ਮੇਰਾ ਦਿਲ ਨੀ ਕਰਦਾ ਖੇਡੀਏ ਵੀਰ ਬਣਦੇ ਬਹੁਤ ਸਮਾਂ ਹੋ ਗਿਆ ਤਿੰਨ ਨੰਬਰ ਦੇ ਮੈਚ ਨੂੰ ਛੋਟੇ ਛੋਟੇ ਬੱਚੇ ਤੇਰੀ ਖੇਡ ਦੇਖਣ ਆਇਆ ਵੀ ਪੀਤਾ ਕਦੋਂ ਖੇਡੋ ਤੇ ਖੇਡੀਏ ਆਪਾਂ ਜਲਦੀ ਦੇ ਨਾਲ ਸੋਹਣਾ ਮੈਚ ਨਵਸਾਹ ਜੀ ਕਰਿਓ ਗੱਲ ਬੰਗੀ ਵਾਲਿਆ ਪਤਾ ਨੀ ਵੀਰੇ ਕਿਹਨੇ ਜਿੱਤਣਾ ਜਿਹਦੇ ਕਰਮ ਜਿੱਤ ਲਿਖੀ ਉਹਨੇ ਜਿੱਤ ਜਾਣਾ ਦੋਵੇਂ ਟੀਮਾਂ ਆਪਣੀਆਂ ਆਪਦੀਆਂ ਟੀਮਾਂ ਸਿਰਾ ਮੈਚ ਆ ਜਾਵਾਂ ਇੱਧਰ ਬਰਾੜ ਮੇਮਾ ਟੀਮ ਜੱਸੂ ਹੋਰੀ ਗੋਪੀ ਹੋਰੀ ਡਾਕਟਰ ਹੋਰੀ ਕਿੰਗ ਤੇ ਨਾਲ ਗੋਸ਼ਾ ਤੇ ਨਾਲ ਹਰਮਨ ਦੂਜੀ ਸਾਈਡ ਭੱਟੀਆਂ ਢਾਹਾਂ ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਪਲੂਟੋ ਔਰ ਨਾਲ ਓਸ਼ਨ ਵਾਲਡਾ ਦੇ ਸਾਡੇ ਭਰਾ ਨੇ ਇਹਨਾਂ ਦੇ ਵੱਲੋਂ ਅੱਜ ਜਿਹੜੇ ਪਿੰਡ ਦੇ ਜਿੰਨੇ ਵੀ ਖਿਡਾਰੀ ਵਾਲੀਬਾਲ ਖੇਡਦੇ ਆ ਉਹਨਾਂ ਦੇ ਲਈ ਜਰਸੀਆਂ ਜਿਹੜੀਆਂ ਸਪੋਂਸਰ ਕੀਤੀਆਂ ਗਈਆਂ ਨੇ ਬਹੁਤ ਵੱਡਾ ਮੈਂ ਧੰਨਵਾਦ ਕਰਾਂਗਾ ਇੱਧਰ ਸਾਡੇ ਬਹੁਤ ਸਤਿਕਾਰ ਦੇ ਯੋਗ ਨੇ ਵੀਰ ਪਲੂਟੋ ਔਰ ਓਸ਼ਨ ਵਾਲਡਾ ਦੇ ਇਹਨਾਂ ਵੀਰਾਂ ਦੇ ਵੱਲੋਂ ਅੱਜ ਪਿੰਡ ਦੀ ਟੀਮ ਦੇ ਜਿੰਨੇ ਵੀ ਖਿਡਾਰੀ ਵਾਲੀਬਾਲ ਖੇਡਦੇ ਆ ਉਹਨਾਂ ਭਰਾਵਾਂ ਦੇ ਲਈ ਕਹਿੰਦੇ ਜਰਸੀਆਂ ਦਿੱਤੀਆਂ ਜਾ ਰਹੀਆਂ ਨੇ ਵੱਡੇ ਮਾਣ ਸਨਮਾਨ ਹੈ ਵੱਡੀ ਸਪੋਰਟ ਆ ਸਾਰੇ ਨਗਰ ਦੀ ਬੱਚੇ ਬੱਚੇ ਦਾ ਨਗਰ ਦੇ ਕੱਲੇ ਕੱਲੇ ਬਾਦਸ਼ਾਹ ਦਾ ਬੜਾ ਵੱਡਾ ਯੋਗਦਾਨ ਅੱਜਦੇ ਵੱਡੇ ਕੰਮ ਦੇ ਲਈ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਊ ਹੈ ਆਓ ਸਾਡੇ ਪਿੰਡ ਦੇ ਰੱਬ ਦੀਆਂ ਮਿਹਰਾਂ ਨੇ ਹਰ ਮਾਂ ਦਾ ਪੁੱਤ ਕਮਾਊ ਹੈ ਇਧਰਲੇ ਪਾਸੇ ਮੁਕਾਬਲਾ ਜਿਹੜਾ ਦੋ ਨੰਬਰ ਗਰਾਊਂਡ ਤੇ ਹੁਣ ਖੇਡਿਆ ਜਾ ਰਿਹਾ ਤੇ ਜਿਹੜੀ ਟੀਮ ਜਿੱਤ ਗਈ ਨਾ ਅੱਜ ਦੇ ਸਿੱਖ
ਟੂਰਨਾਮੈਂਟ ਦੇ ਵਿੱਚ ਸਫ਼ਰ ਜਿਹੜਾ ਦੁਨੀਆਂ ਦੇ ਮਹਾਨ ਖਿਲਾੜੀ ਖੇਡਦੇ ਪਏ ਹੈ। ਕਹਿੰਦੀ ਚਾਰੇ ਦੇ ਚਾਰੇ ਮੈਚ ਚੱਲੀਆਂ ਦੇਣਾ ਬਾਰੇ ਜੀ ਚਾਰ ਮੈਚ ਆਪਣੇ ਕੋਲੇ ਬਾਕੀ ਬਹੁਤ ਸੋਹਣੇ ਮੈਚ ਚਾਰ ਮੈਚ ਬਾਕੀ ਆ ਉਹ ਵੀ ਇੱਕ ਵਾਰੀ ਬੋਲਦੀ ਨੀਮਾਂ ਨੇੜੇ ਤੇੜੇ ਹੋ ਜਾਣਗੀਆਂ ਗਰਾਊਂਡਾਂ ਦੇ। ਉਹ ਵਾਹ ਤਲਵੰਡੀ ਵਾਲਿਆ ਇਹ ਕਹਿੰਦੇ ਕਰਨ ਮਦਰਸੇ ਵਾਲਾ ਬੜਾ ਸੋਹਣਾ ਖਿਡਾਰੀ ਵੱਡਾ ਖਿਡਾਰੀ ਬਣਨਾ ਆਉਣ ਵਾਲੇ ਸਮੇਂ ਵਿੱਚ। ਅੱਜ ਨੁਕਤੇ ਦੀ ਦੇਣ ਦੇ ਲਈ ਬੰਦਾ ਖੇਡ ਰਿਹਾ ਆਹ ਕਰਨ ਮਦਰਸੇ ਵਾਲਾ ਆਹ ਜੀਤ ਫਿਰਦੇ ਦਾ ਵਰਤ ਹੈ ਮੁੰਡੇ ਨੇ ਵਾਹ ਸੋਹਣਿਆ ਕਮਾਲ ਕਰਤੀ ਹੈ। ਇਹ ਵੀ ਦਸ ਰਾਸਤਾ ਨਾਲ ਹੁਣ ਨੰਬਰ ਕਿੰਨੇ ਕਿੰਨੇ ਹੈ ਪੜਾਕੇ ਪੈ ਰਹੇ ਪਿੰਡ ਵਾਲੇ ਮੁੰਡੇ ਖੇਡਦੇ ਹੈ ਤੇ ਚਾਰ ਚ ਵੀ ਮੈਚ ਬੜਾ ਤਕੜਾ ਹੈ। ਡਿੰਗਰੇ ਦੀ ਟੀਮ ਉਧਰ ਲੱਗੇ ਆਣੀਆਂ ਉਹ ਟਿੱਕਾ ਹੈ ਟਿੱਕੇ ਦਾ ਕਹਿੰਦੇ ਨਾਂ ਚੱਲਦਾ ਲਾਓ ਸਾਹਮਣੇ ਦੁਨੀਆਂ ਦੇ ਟੌਪ ਦੇ ਖਿਡਾਰੀ ਖੇਡ ਰਹੇ ਆ ਮੇਰੇ ਮਿੱਤਰੋ। ਗਰਾਊਂਡ ਨੰਬਰ 2 ਦੇ ਵਿੱਚ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਜੀ ਕਾਲੀ ਵਾਲਾ ਤੇ ਕੱਟੇ ਵਾਲੀ ਜੀ ਵਾਹ ਬਾਬਾ ਵੀ ਇੱਕ ਨੰਬਰ ਗਰਾਊਂਡ ਦੇ ਵਿੱਚ ਬਾਈ ਵੀ ਉਸ ਤੋਂ ਬਾਅਦ ਟੀਮਾਂ ਖੇਡਣ ਦੇ ਲਈ ਟੀਮਾਂ ਦੇ ਖਿਡਾਰੀ ਬਿਲਕੁਲ ਰੈਡੀ ਹੋ ਜਾਣ ਬਾਈ। ਇੱਕ ਨੰਬਰ ਗਰਾਊਂਡ ਵਿੱਚ ਭੈਣੀ ਬਾਈ ਅਤੇ ਰਜੇਸ਼ ਫਰੀਦਕੋਟ ਦੀ ਟੱਕਰ ਹੈ। ਰਣਵੀਰ ਸਿੰਘ ਨੰਬਰ ਗਰਾਊਂਡ ਦੇ ਵਿੱਚ ਘੱਟਿਆਂ ਵਾਲੀ ਦੇ ਗੋਰੀ ਤਾਂ ਲੈ ਗਿਆ ਆਪਣੇ ਨੂੰ ਸੇਲੀਆ। ਔਰ ਮੈਂ ਬੇਨਤੀ ਕਰਦਾ ਵੀਰੇ 3 ਵਜੇ 4 ਦੇ ਵਿੱਚੋਂ ਜਿਹੜਾ ਵੀ ਗਰਾਊਂਡ ਪਹਿਲਾਂ ਵੇਲਾ ਆ ਗਿਆ ਉੱਥੇ ਭਾਗਤਲਾ ਹਰਦੀਪ ਤੇ ਗੁਰੂ ਸਰ ਜੋਧਾ ਇਹ ਮੈਚ ਖੇਡਣ ਦੇ ਲਈ ਮੁੰਡੇ ਕਿਰਪਾ ਕਰਕੇ ਤਿਆਰ ਵਰ ਤਿਆਰ ਰਹਿਣਗੇ। ਬੜੀ ਵਧੀ ਜਵਾਬ ਚੁੰਡ ਤੇ ਜਾ ਕੇ ਵਧੀ ਆ ਕੱਲਾ ਸਰਦਾਰ ਦਿਸਦਾ ਖੜਾ ਉਹ ਮੁੰਡਾ ਕਹਿੰਦੇ ਭੱਟੀਆਂ ਦੀ ਟੀਮ ਦੇ ਲਈ ਚੋਰ ਕਹਿੰਦੇ ਲੱਗਿਆ ਹੋਇਆ ਹੈ ਵੀ ਭਾਵੇਂ ਲੀਕਾਂ ਖਿੱਚਦੀਆਂ ਸਿਕੰਦਰ ਨੇ ਤੇ ਆ ਤੱਕਰਾਂ ਜਾਂ ਪੋਰਸ ਰਾਜ ਹੋਇਆ ਨੀ ਕਿਸੇ ਤੋਂ ਬਾਹਰ ਰਾਜੇ ਰਣਜੀਤ ਵਰਗਾ ਤੇ ਕੱਪੜੇ ਲਾ ਕੇ ਹਰਜੀਤ ਵਰਗਾ ਔਰ ਰੈਡ ਬੋਲ ਦਾ ਤਾਂ ਕਹਿੰਦੇ ਐਵੇਂ ਨਾਮ ਹੀ ਹੈ ਹਜ਼ਾਰ ਮੀਲ ਦੇ ਬੰਦਾ ਸਟਾਰ ਬੱਕ ਪੀ ਕੇ ਪਾਰਦਾ ਤੇ ਜਿਹਨੇ ਹਾਲੇ ਤੱਕ ਲਾਇਸੈਂਸ ਨਹੀਂ ਲਿਆ ਕਾਰ ਦਾ ਤੇ ਕੁੜਤਾ ਪਜਾਮਾ ਜੇ ਰੂਹ ਨਾ ਸਵਾਇਆ ਹੋਵੇ ਨਾ ਤੇ ਕਹਿੰਦੇ ਧੂਈ ਭਗਤ ਦਾ ਜੀਤੀ ਹੈ ਤੇ ਇੰਡੀਆ ਦੇ ਟਰੈਕਟਰ ਤੋਂ ਬਾਹਰੋਂ ਫੜਿਆ ਗਏ ਪਰ 855 ਨੇ ਉਹ ਜੀਵ ਕਢਾਈਆ ਤੂੜੀ ਵਾਲੀ ਮਸ਼ੀਨ ਦੀ ਹੈ 3 ਸਪੀਡ 30 ਸਪੀਡ ਤੇ ਆ ਦੋਨੇ ਫੜੇ ਚਲਾ ਕੇ ਦੇਖ ਲਏ ਹੈ ਨਜ਼ਾਰਾ ਦਿੱਤਾ ਨੀ ਕਿਸੇ ਨੇ 18 ਦੇ ਫੇਰ ਵਰਗਾ ਤੇ ਰਫਲਾ ਤੇ ਫੜਿਆ ਪਾਪਿਆ ਕੋਲੇ ਆ ਰੰਗਿਆਰੇ ਵਾਲਿਆ ਪਰ ਤੜਕਾ ਹੈ ਨੀ ਕਿਸੇ ਦਾ ਹਾਂ ਭਿੱਡਰਾਂ ਦੇ ਸ਼ੇਰ ਵਰਗਾ ਤੜਕਾ ਹੈ ਨੀ ਕਿਸੇ ਦਾ ਭਿੱਡਰਾਂ ਦੇ ਸ਼ੇਰ ਵਰਗਾ ਲਾਲੀ ਬਾਈ ਜਿਹੜੇ ਜਿਹੜੇ ਸਿੱਖੀ ਦੇ ਮਹਾਨ ਚਰਨਿਆਂ ਦੀ ਕੁਰਬਾਨੀ ਬਾਰੇ ਜਾਣਦੇ ਹੋ 16-12 ਹੋ ਗਏ ਆਪਾਂ ਜਕਾਰਾ ਲਾਵਾਂਗੇ 16 ਹੋ ਗਏ ਬਲੜ ਮੇਰੇ 12 ਉੱਤੇ ਪੱਟੀਆਂ ਦੇ ਦਾ ਜਵਾਬ ਜਕਾਰੇ ਚ ਦੇ ਦੇ ਤੇ ਬਾਕੀ ਚੁੱਪ ਕਰ ਦਿਓ ਮੇਰਾ ਵੀਰ ਬਣ ਕੇ ਹੈ ਸਾਹਮਣੇ ਕਹਿੰਦੇ ਨਜ਼ਾਰਾ ਵੱਖਰਾ ਅੱਜ ਕਹਿੰਦੇ ਕੱਬਰ ਮਛੇਰੀ ਧਰਤੀ ਹੈ ਕਹਿੰਦੇ ਜਸਵੀ ਵਾਲਾ ਡਾਕਟਰ ਬੱਲੇ 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 ਔਰ ਰੱਬ ਉੱਤੇ ਤੇ ਧਰਤੀ ਥੱਲੇ ਤੇ ਵਿਚਾਲੇ ਕਹਿੰਦੇ ਅੱਜ ਕੱਬਰ ਮਛੇਰੀ ਪੜਾ ਕੱਬਰ ਵਸ
ਪਾਸੇ ਚ ਪੜਾਕੇ ਪੈ ਰਹੇ ਆ, ਕਾਕੇ ਖਹਿ ਰਹੇ ਹੈ, ਬੜਾ ਸੁਖਬੀਰ ਕੱਲ ਦੇ ਮੇਲੇ ਦੇ ਕਹਿੰਦੇ ਜੇਤੂ ਹੈ, ਚਰਚਾ ਦੇ ਵਿੱਚ ਹੈ, ਐਤਕੀ ਨੇ ਸਾਲ ਬੜੇ ਸੋਹਣੇ ਕੱਪ ਜਿੱਤੇ ਹੈ, ਰੱਬ ਸੰਧੂ ਵਰਗੇ, ਰਾਜ ਬੱਲ ਵਰਗੇ, ਦਲਰਾਜ ਬੱਲ ਵਰਗੇ ਕਹਿੰਦੇ ਵੱਡੀ ਸਪੋਰਟ ਕਰਦੇ ਟੀਮ ਦੀ, ਉਹਨਾਂ ਦੀ ਟੀਮ ਖੇਡ ਰਹੀ ਹੈ, ਵੱਡੇ ਪ੍ਰਮੋਟਰਾਂ ਦੀ ਕਹਿੰਦੇ ਵੱਡੀ ਟੀਮ ਹੈ, ਬਹੁਤ ਸੋਹਣਾ ਮੈਚ, ਜੰਗ ਉਮਰ ਦੇ ਮੁੰਡੇ ਪਰ ਇਹ ਹੈ ਕਹਿੰਦੇ ਕੁੰਗਲ ਭੱਤੀਆਂ ਵਾਲਾ, ਇਹਦਾ ਗਹਿਰੀ ਬੁੱਟਰ ਪਿੰਡ ਹੈ ਮੁੰਡੇ ਦਾ, ਇਹਨੂੰ ਡਾਕਟਰ ਕਹਿੰਦੀ ਦੁਨੀਆਂ, ਇਹ ਤੇ ਹੁਣ ਬਾਲ ਲੱਗੀ ਹੈ ਯਾਰੀ ਬਾਈ, ਜਿੱਤ ਹਾਰ ਯਾਰ ਆਪੋ ਆਪਣੇ ਕਰਮਾਂ ਦੀ, ਇੱਕ ਟੀਮ ਨੇ ਜਿੱਤ ਜਾਣਾ ਹੈ ਔਰ ਇੱਕ ਟੀਮ ਨੇ ਕੁਝ ਨਾ ਕੁਝ ਸਿੱਖ ਕੇ ਜਾਣਾ, ਵੀਰੇ ਮੈਚ ਬਹੁਤ ਵਧੀਆ, ਪਰ ਬਾਈ ਜੇ ਯਾਰ ਮੈਚ ਚੰਗਾ ਲੱਗਿਆ ਨਾ ਦੋਨੋਂ ਟੀਮਾਂ ਵਿੱਚ ਇੱਕ ਜ਼ੋਰਦਾਰੀਆਂ ਨੇ, ਤੇ ਇੱਕ ਵਾਰੀ ਯਾਰ ਦੋਨੋਂ ਟੀਮਾਂ ਲਈ ਤਾਂ ਵੀ ਜ਼ੋਰਦਾਰ ਮਾਰ ਜਾਓ ਮੇਰਾ ਵੀਰ ਬਣ ਕੇ, ਨੱਥੂ ਵਾਲੀਆਂ ਪਾਣੀ ਪਿਆਵੇ ਮੁੰਡਿਆਂ ਦਾ ਜ਼ੋਰ ਵਾਹਵਾ ਲੱਗਿਆ ਪਿਆ ਹੈ, ਨੱਥੂ ਵਾਲੀਆਂ ਤਰਸੇਮ ਪ੍ਰਧਾਨ ਸਾਡੀ ਜ਼ਿੰਦਗੀ ਦਾ ਮਾਣ, ਮੈਂ ਬੇਨਤੀ ਕਰਾਂਗਾ ਵੀਰ ਨੂੰ ਪਾਣੀ ਜ਼ਰੂਰ ਪਹੁੰਚਦਾ ਕਰਦੇ, ਤਾਰੇ ਪਿੱਛੇ ਜੀਤ ਦੇ ਨੰਬਰ ਕਿੰਨੇ ਆ, ਉਹ ਤਲਵੰਡੀ ਵਾਲਾ ਕਹਿੰਦੇ ਜੀਤ ਆਇਆ ਹੋਇਆ ਹੈ, ਆਇਆ ਪ੍ਰਧਾਨ ਭੱਜੇ ਬਹੁਤ ਬਹੁਤ ਧੰਨਵਾਦ ਹੈ, ਨਾਮਿੰਦਰ ਸਟੇਟ ਤੇ ਬਿਰਾਜਮਾਨ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ, ਇੰਦਰ ਸਾਡੇ ਬਹੁਤ ਸਤਿਕਾਰਯੋਗ ਸਿੱਧਰ ਬਾਈ ਸਿੱਧਰ ਸਰਪੰਚ ਜੀ ਜਿਨ੍ਹਾਂ ਦੇ ਵੱਲੋਂ ਤਿੰਨੋਂ ਬੁਲਾਰਿਆਂ ਦੇ ਲਈ 500 ਦੇ ਵੱਡੇ ਮਾਨ ਆਏ, ਨਾਲ ਪਾਣੀਆਂ ਦੇ ਭਰਾ ਦੇ ਲਈ 100 ਆਇਆ ਜੀ, ਔਰ ਨਾਲ ਬਹੁਤ ਸਤਿਕਾਰ ਦੇ ਯੋਗ ਬਾਈ ਪੀਟਾ ਸਰਾਂ ਦੀ ਦਾਰਾ ਆਸਟ੍ਰੇਲੀਆ, ਇਹ ਵੀਰ ਸਾਡੇ ਤਿੰਨੋਂ ਭਰਾ ਰਲ ਕੇ ਐਲਾਨ ਕਰਵਾਉਂਦੇ ਆ ਵੀ ਆਉਂਦੇ ਸਾਲ ਜਿਹੜਾ ਦੂਜਾ ਪ੍ਰਾਈਜ਼ ਵਾਲੀਬਾਲ ਦਾ ਆਪਣੇ ਵੱਲੋਂ ਦਿੱਤਾ ਜਾਊਗਾ, ਬਹੁਤ ਬਹੁਤ ਧੰਨਵਾਦ ਹੈ ਸਾਰੇ ਸਾਡੇ ਸਤਿਕਾਰਯੋਗ ਵੀਰ ਹੈ ਜਿੰਨੇ ਵੀ ਸਟੇਜ ਤੇ ਭਰਾ ਬੈਠੇ ਆ, ਖਾਲਸੇ ਦੀ ਕਹਿੰਦੇ ਲਾਡਲੀ ਫੌਜ ਬੈਠੀ ਆ ਢਿੱਲੋਂ, ਤੇ ਨਜ਼ਾਰਾ ਕਹਿੰਦੇ ਵੱਜਿਆ ਪਿਆ ਵੀ ਮੈਂ ਡਰਦਾ ਹਾਂ ਇਸ ਮਹਿਫਲ ਵਿੱਚ ਕੁਝ ਬੋਲਾਂ ਤੇ ਕੁਝ ਨਾ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀਆਂ ਮੈਂ ਕਿਹਦਾ ਕਿਹਦਾ ਨਾ ਬੋਲਾਂ, ਹਾਂਜੀ ਢਿੱਲੋਂ ਸਾਹਿਬ ਉਧਰ ਬਾਈ ਜਗਪਾਲ ਖਿੰਦੂੜਾ USA ਸਾਡੀ ਖੇਡ ਵਾਲੀਬਾਲ ਦੇ ਬ੍ਰਾਂਡ ਪ੍ਰਮੋਟਰ ਨੇ, ਉਹ ਵੀ ਅੱਜ ਦੇ ਇਸ ਵੱਡੇ ਕੱਪ ਦੇ ਨਾਲ ਜੁੜੇ ਹੋਏ, ਵੱਡਾ ਧੰਨਵਾਦ ਆ ਤੋਬਿਆਂ ਵਾਲਿਆ, ਤਕੜਾ ਰਹੀ ਤਕੜਾ ਰਹੀ ਨਵੇਂ ਮੁੰਡੇ ਵਾਲੇ ਫਿੱਟ ਹੈ, ਉਧਰ ਬਹੁਤ ਮਾਨ ਤੇ ਸਤਿਕਾਰ ਜੋ ਸਰਦਾਰ ਸਿੰਦਰ ਸਿੰਘ ਜੀ ਸਰਪੰਚ ਸਾਹਿਬ ਇਸ ਇਲਾਕੇ ਦੀ ਆਮ ਤੇ ਸਾਥ, ਨੌਜਵਾਨ ਦਿਲਾਂ ਦੀ ਧੜਕਣ, ਗਰੀਬਾਂ ਦੇ ਮਸੀਹਾ, ਸਮਾਜ ਸੇਵੀ ਕੰਮਾਂ ਦੇ ਵਿੱਚ ਕਹਿੰਦੇ ਬਹੁਤ ਵੱਡਾ ਨਾਮ ਹੈ, ਇਹਨਾਂ ਖੇਡਾਂ ਦੇ ਲਈ ਬਹੁਤ ਵੱਡੇ ਯੋਗਦਾਨ, ਅੱਜ ਵੱਡੀ ਹਾਜ਼ਰੀ ਹੈ ਤੇ ਵੱਡੇ ਮਾਨ ਵੱਡੇ ਪਿਆਰ ਇਹਨਾਂ ਬੋਲਾਂ ਦੇ ਲਈ ਵੀ ਕਰ ਗਏ ਹੈ, ਸਰਪੰਚ ਵੀ ਦੁਨੀਆ ਕਹਿੰਦੇ ਇੱਕ ਮਾਨਦਾਰ ਬੰਦੇ ਨੂੰ ਬਣਾਉਂਦੀ ਹੈ, ਇਹਤੇ ਸਾਰਾ ਪਿੰਡ ਵਿਸ਼ਵਾਸ ਕਰਦਾ ਹੈ, ਤੇ ਮੂਹਰੇ ਸਰਪੰਚ ਦੀਆਂ ਚੋਣਾਂ ਵੀ ਆ ਗਈਆਂ ਤੇ ਪਿੰਡਾਂ ਦੇ ਵਿੱਚ ਕਹਿੰਦੇ ਹਲਚਲ ਮੱਚੀ ਹੋਈ ਹੈ, ਸਰਪੰਚ ਸਾਹਿਬ ਬੈਠੇ ਆ ਵੱਡੀ ਹਾਜ਼ਰੀ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ, ਬਹੁਤ ਸੋਹਣਾ ਮੈਚ, ਬੱਲੋ ਵਾਲਾ ਗੋਪਾ, ਬੱਲੋ ਪਿੰਡ ਜੱਟ ਦਾ ਪੈਂਕਰ ਹੈ ਪੂਰਾ ਆਪਣਾ, ਬਾਲ ਵਿੱਚ ਮਾਰਦਾ ਆਪਾਂ ਨੂੰ ਸਪੀਡ, ਦਿੰਦਾ ਇੱਕ ਫੈਸਲਾ ਹਲਾ, ਮੈਨੇ ਆ ਲਈ ਆ ਬੱਲੋ ਦੇ ਗੋਪੇ ਦਾ ਮੁੱਲ ਕੋਈ ਨਾ, ਪਾਲਾ ਗੋਪੇੜਾ ਚ ਦਿੰਦਾ ਹੈ ਫਸਾ, ਪੈਣੇ ਵਾਲੀ ਆ ਗੋਪੇ ਦਾ ਜਵਾਬ ਕੋਈ ਨਾ, ਬਾਕੀ ਗੋਪੇ ਦਾ ਵੀ ਤੋੜ ਕੋਈ ਹੈ, ਉਹ ਗੋਪੇ ਨੇ ਕਹਿੰਦੇ ਵੱਡੀ ਖੇਡ ਖੇਡੀ ਹੈ, ਉਹ ਕਹਿੰਦੇ ਗੋਪੇ ਨੇ ਜਿਹੜੇ ਜਿਹੜੇ ਕਰਾਉਂਦਾ ਸਾਹਮਣੇ 14 ਤੇ
16 ਦੀ ਟੱਕਰ ਆਓ 14 ਤੇ 16 ਦੋ ਨੰਬਰਾਂ ਦਾ ਫਰਕ ਹੈ ਪੈਂਦਾ ਪੈਂਦਾ ਪੈ ਜਾਂਦਾ ਏ ਫਰਕ ਸੋਹਣਿਆ ਵੇ ਪੈਂਦਾ ਪੈਂਦਾ ਪੈ ਜਾਂਦਾ ਏ ਫਰਕ ਸੋਹਣਿਆ ਵੇ ਲੈ ਵੀ ਡਾਕਟਰ ਗਹਿਰੀ ਗੁੱਟਰ ਵਾਲਿਆ ਤੋਰ ਦੇ ਪੱਟੀ ਪੁੱਟੀ ਕੋਈ ਨਹੀਂ ਫਿਰ ਕਹਿ ਜੇ ਸੁਣੋ ਆਉ ਮੁੰਡੇ ਦਾ ਕਹਿੰਦੇ ਤਜਰਬਾ ਬੋਲਦਾ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਆਓ ਸਾਹਮਣੇ ਮੇਰੇ ਮਿੱਤਰੋ ਟੀਮਾਂ ਦੋਨੋਂ ਚੁੱਟੀ ਦੀਆਂ ਆ ਕਿਵੇਂ ਮੈਚ ਮੇਰੇ ਮਿੱਤਰੋ ਏਦਾਂ ਦੇ ਫਾਈਨਲ ਮੈਚ ਵੀ ਨਹੀਂ ਲੱਗਦੇ ਭਾਈ ਯਾਰ ਦੇਖੋ ਕਿੰਨਾ ਟਾਈਮ ਹੋ ਗਿਆ ਦੋਨੋਂ ਟੀਮਾਂ ਨੂੰ ਖੇਡਦੇ ਹੋਇਆ ਜੇ ਹੁਣ ਤੱਕ ਮੈਚ ਦਾ ਸਵਾਦ ਆਇਆ ਇੱਕ ਤਾੜੀ ਨਾ ਮਾਰੇ ਦੋਨੋਂ ਟੀਮਾਂ ਦੇ ਲਈ ਆਹ ਮੁੰਡੇ ਧੜ ਧੜ ਕਰਵਾਈ ਹੋ ਗਿਆ ਨੌਜਵਾਨਾਂ 14 ਤੇ 16 ਦੀ ਟੱਕਰ ਜਿਹੜੀ ਉਹ ਗਰਾਊਂਡ ਦੇ ਵਿੱਚ ਫੜ ਕੇ ਦੋ ਪੁਆਇੰਟਾਂ ਦਾ ਵੱਲੋਂ ਵਾਲਿਆ ਖੜਕ ਕੱਢਿਆ ਜਾ ਸਕਦਾ ਕੋਈ ਵੱਡੀ ਗੱਲ ਨਹੀਂ ਨੌਜਵਾਨ ਫਰਕ ਕਿੱਥੋਂ ਵੱਧ ਨਹੀਂ ਸਕਦਾ ਫਰਕ ਕਿੱਥੋਂ ਘਟਾਇਆ ਵੀ ਜਾ ਸਕਦਾ ਵੱਲੋਂ ਵਾਲਿਆ ਤੇ ਫਰਕ ਮੁੰਡਾ ਇਧਰਲੇ ਪਾਸੇ ਵਧਾ ਵੀ ਸਕਦੇ ਪਰ ਹੁਣ ਕੋਸ਼ਿਸ਼ ਜਿਹੜੀ ਕਰਨੀ ਪਊਗੀ ਨੰਬਰ 15 ਮਾਨ ਜੋੜਨ ਦੇ ਲਈ ਵੀ ਵਿੱਚ ਗਹਿਰੇ ਢਿੱਲਾਂ ਦੇ ਪੱਪਰ ਸ਼ੇਰ ਨਾ ਰਹਿੰਦੇ ਕੁੱਝੇ ਦੌਰ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਇੱਕ ਗੱਲ ਹੋਰ ਹੈ ਜੇ 14 ਨੂੰ 15 ਕਰ ਗਏ ਨਾ ਤੇ 15 ਤੋਂ 16 ਹੁੰਦਿਆਂ ਟਾਈਮ ਨਹੀਂ ਲੱਗਣਾ ਜੇ 14 ਤੋਂ 15 ਕਰ ਗਏ ਤੇ 15 ਤੋਂ 16 ਉਹਨਾਂ ਕਰ ਦੇਣੇ ਕਿਉਂਕਿ ਥੱਲੇ ਵਾਲਾ ਖਿਡਾਰੀਆਂ ਦੇ ਵਿੱਚ ਨਾਮ ਹੈ ਫੋਰ ਦੇ ਨਾਲ ਬੰਦੇ ਮਾਨ ਮੇਜਰ ਭਲੂਰ ਗੁਰਦੀਪ ਗਿੱਲ ਸਮੁੱਚੇ ਖੇਡ ਕਲੱਬ ਨੇ ਕੀਤੇ ਹੈ ਯਤ ਦਾ ਪੁੱਤ ਬੜਾ ਕਮਾਉ ਨੀ ਹੁਣ ਤੇਰੇ ਪੇਕਿਆਂ ਨੂੰ ਸ਼ੁਰੂ ਕਰਾ ਜਾਊ ਜੱਸੀ ਦਾ ਮਾਨ ਵੀ ਕਹਿੰਦੇ ਜਗਪਾਲ ਖੰਘੂੜਾ ਨਾਲ ਜਗਰਾਜ ਖੰਘੂੜਾ ਦੇ ਚੰਨੀ ਖੇੜਾ ਮਾਸੀ ਦਾ ਮੁੰਡਾ ਹੈ ਵੀ ਕਹਿੰਦਾ ਆਪਾਂ ਫੋਰ ਦੇ ਨਾਲ ਕਰਨਾ ਹੈ ਮੁੰਡਿਆਂ ਵਾਲਾ ਜੱਸੀ ਵੀ ਆਇਆ ਹੋਇਆ ਹੈ ਜੱਸੀ ਦੇ ਮਾਨ ਵੀ ਕਹਿੰਦੇ ਫੋਰ ਦੇ ਨਾਲ ਹੋਣਗੇ ਮੇਰੇ ਮਿੱਤਰੋ ਮੁਬਾਰਕਬਾਦ ਹੈ ਵੱਲੋਂ ਵਾਲੇ ਗੋਪੇ ਦਾ ਮਾਨ ਪੌਦਿਆਂ ਦੇ ਕੱਪ ਦੇ ਮੇਰੇ ਮਿੱਤਰੋ ਮੋਟਰਸਾਈਕਲ ਦੇ ਨਾਲ ਕੀਤਾ ਔਰ ਫੁੱਟ ਲਿੱਤਾ ਜੱਟ ਨੂੰ ਗੱਲਾਂ ਹੋਈਆਂ ਤੇ ਨਾਲ ਕਹਿੰਦੇ ਨੈਣੇ ਵਾਲੀਏ ਬੁੱਢੇ ਦਾ ਸਨਮਾਨ ਵੀ ਮੇਰੇ ਮਿੱਤਰੋ ਮੋਟਰਸਾਈਕਲ ਦੇ ਨਾਲ ਕੀਤਾ ਗਿਆ ਮੁਬਾਰਕਬਾਦ ਹੈ ਭਰਾਵਾਂ ਨੂੰ ਸੁਖਮੰਦਰ ਸਿੰਘ ਬਰਾੜ ਦਾ ਪੁੱਤਰ ਪਿਤਾ ਕਹਿੰਦੇ ਬਹੁਤ ਤਕੜਾ ਖੇਡਿਆ ਫੇਰ ਗੱਲਾਂ ਕਹਿੰਦੇ ਡਾਕਟਰ ਦੀਆਂ ਮਾਸਟਰ ਦੀਆਂ ਹੋਈਆਂ ਅੱਜ ਕੱਲ ਕਿੰਗ ਦੀ ਕਰਤੇ ਦਾ ਪਤਾ ਵੀਰ ਬਹੁਤ ਤਕੜਾ ਖੇਡਿਆ ਮਾਸਟਰ ਕਹਿੰਦੇ ਬਲਾਡ ਲੈਣ ਅੱਜ ਦੀ ਦੁਨੀਆ ਦੀ ਖੇਡੀ ਹੋਈ ਖੇਡ ਨੂੰ ਯਾਦ ਕਰਦੀ ਹੈ ਬਰਾੜਾ ਦਾ ਮੁੰਡਾ ਹੈ ਆਓ ਸਾਹਮਣੇ ਗੋਨਿਆਂ ਦਾ ਮੰਡੀ ਦਾ ਇਲਾਕਾ ਹੈ ਜ਼ਿਲ੍ਹਾ ਬਠਿੰਡਾ ਹੈ ਹੁਣ 16 ਤੋਂ 17 ਕੌਣ ਕਰਦਾ ਹੈ ਗੱਲ ਸਮੇਂ ਦੀ ਹੈ ਭੈਣੀ ਬਾਈ ਵਾਲਾ ਸਿੱਧੂਆਂ ਦਾ ਮੁੰਡਾ ਕਹਿੰਦੇ ਫੈਸਲੇ ਕਰਦਾ ਹੈ ਮੇਜਰ ਸਿੰਘ ਸਰਪੰਚ ਦਾ ਪੁੱਤਰ ਆਓ ਕਹਿੰਦੇ ਵੱਡੇ ਫੈਸਲੇ ਕਰ ਰਹੇ ਹੈ ਆਹ ਨੰਬਰ ਤੇ ਗੱਲ ਖੜੀ ਹੈ ਮੰਗੀ ਵਾਲਾ ਜੋਰ ਦੇ ਨੰਬਰ ਆਓ ਮੈਚ ਦੀ ਕਹਾਣੀ ਕਹਿੰਦੇ ਕੁਝ ਹੋਰ ਬਣ ਜਾਣੀ ਹੈ ਰਾਵੀ ਬਰਾੜਾ ਮਾਨ ਸਨਮਾਨ ਤੇਰੇ ਬਲਕਰਨ ਕਨੇਡਾ ਨੇ ਅੱਜ ਆਓ ਕਹਿੰਦੇ 15 ਪਲੋਣਾ ਕਰਦੇ ਆ ਤੇ ਮਾਨ ਸਨਮਾਨ ਵੀ ਵੱਡਾ ਤੇ ਆਹ ਮੈਚ ਵੀ ਬੜਾ ਵੱਡਾ ਜੇ ਜਿੱਤ ਗਿਆ ਮੈਚ ਦੇ ਗੱਲਾਂ ਹੋਣਗੀਆਂ ਵੀ ਇਹਨਾਂ ਪਿੰਡਾਂ ਦਾ ਦੱਸੂ ਬੜਾ ਵੱਡਾ ਮਹੱਲਾ ਆਓ ਤਿਆਰੀ ਜਿਹੜੀ ਫੜਨੀ ਪਊਗੀ ਤੇ ਤਿਆਰੀ ਮੇਰੇ ਮਿੱਤਰੋ ਇੱਕ ਹੋਰ ਫੜਨੀ ਪੈਣੀ ਹੈ ਕਦੇ ਦੁਬਾਰਾ ਫੇਰ ਗੱਲਾਂ ਚੱਲਣਗੀਆਂ ਰੋਕਾਂ ਲਾਈਆਂ
ਦੀ ਮੇਰੇ ਸਾਰਿਆਂ ਨੂੰ ਕਿ ਚੀਜ਼ੇ ਨੂੰ ਲਿਜਾਣ ਤਾਰ ਕੇ ਉਹਦਾ ਦਿੱਲੀਏ ਪਿਆਰ ਲਾ ਲਾ ਮਹਿੰਦੀਆਂ ਹੈ ਚੜਾਈ ਤੇਰੇ ਆਗੇ ਦਾਰ ਤੇ ਉਹਦਾ ਦਿੱਲੀਏ ਪਿਆਰ ਲਾ ਲਾ ਮਹਿੰਦੀਆਂ ਹੈ ਚੜਾਈ ਤੇਰੇ ਆਗੇ ਦਾਰ ਤੇ ਇਧਰ ਨੰਬਰ 16 ਤੋਂ ਦੇਖਾਂਗੇ 17 ਹੁਣ ਕੌਣ ਕਰੂਗਾ ਗੱਲ ਕਦੇ ਮੌਕੇ ਦੀ ਹੋਊਗੀ ਅੱਗੇ ਗੱਲ ਮੌਕੇ ਦੀ ਹੈ ਮੈਂ ਸਮਾਪਤਾ ਹੈ ਲੈ ਪੇਟੇ ਕਿਹੜੀ ਗੇਮ ਜਿੱਤ ਗਈ ਹੈ ਹਰਦੀਪ ਜੋਧਾ 16 ਜਾਂ ਵੀਰੇ 16 ਪੁਆਇੰਟ ਇੱਧਰ ਬਰਾੜ ਬੰਬੇ ਦੇ 14 ਪੁਆਇੰਟ ਭੱਟਗੜ੍ਹ ਭਾਂਸਲਾ ਬੀ ਜਿੱਤ ਗਿਆ ਭਾਸਲਾ ਵੀ ਜਿੱਤੀ ਹੈ ਮੇਰੇ ਘਰ ਭਾਸਲਾ ਵੀ ਵਾਲੇ ਜਿੱਤੂ ਆ ਮੁੰਡੇ ਉਹ ਕਿੱਦਾਂ ਵੀ ਇੱਕ ਰੈਫਰੀ ਆਓ ਨਾਮ ਵੀ ਭਾਸਲਾ ਹਰਦੀਪ ਦੇ ਗੁਰੂ ਸਰ ਜੋਧਾ ਇਹਦੀ ਆਜੋ ਮੇਰਾ ਵੀਰ ਬਣ ਕੇ ਵੀ ਲੱਗ ਆਓ ਗੁਰੂ ਸਰ ਜੋਧਾ ਵਾਲੇ ਮੁੰਡੇ ਆ ਜਾਓ ਜਲਦੀ ਦੇ ਨਾਲ ਉਧਰ ਵੀ ਮੈਚ ਸਮਾਪਤ ਹੈ ਗੁਰਜਿੰਦਰ ਕਿਹੜੀ ਟੀਮ ਜਿੱਤ ਗਈ ਕੇਂਦਰੇ ਵਾਲੇ ਮੁੰਡੇ ਜਿੱਤ ਗਏ ਦਿਲਸਾਦ ਚਾਰ ਚ ਕਰੀ ਨੋਟ ਪ੍ਰਧਾਨੀ ਇੱਕ ਰੈਫਰੀ ਆ ਜਾਓ ਗੁਰਜਿੰਦਰ ਜੀ ਚਾਰ ਨੰਬਰ ਗਰਾਊਂਡ ਕੇਂਦਰੇ ਦੀ ਟੀਮ ਜਿੱਤ ਰਹੀ ਹੈ ਪਰ ਲੋਕਾਂ ਦੀ ਕੱਲੀ ਕੱਲੀ ਅੱਖ ਜਿਹੜੀ ਉਹ ਗਰਾਊਂਡ ਨੰਬਰ 2 ਦੇ ਉੱਤੇ ਟਿੱਕੀ ਹੋਈ ਆ ਮਜ਼ਾ ਦਾ ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ ਭਾਈ ਭਾਸਲੇ ਵਾਲੇ ਮੁੰਡੇ ਬੀ ਵਾਲੇ ਮੈਚ ਕਰਾ ਦਿਓ ਕਿਰਪਾ ਕਰਕੇ ਆਪਣਾ ਆਪਦਾ ਮੇਲਾ ਵੀਰ ਬਣ ਕੇ ਹਰ ਵਾਰ ਆਪਾਂ ਕਹਿੰਦੇ ਕੋਈ ਸੋਹਣੇ ਨੀ ਲੱਗਦੇ ਭਰਥਲੇ ਵਾਲੇ ਮੁੰਡੇ ਜਿੱਤ ਕੇ ਗਏ ਆਪ ਇੱਕ ਰੈਫਰੀ ਆ ਜਾਓ ਵੀਰ ਬਣ ਦੇ ਹੈਲੋ ਮੈਚ ਚਲਾਈਏ ਗੁਰੂ ਸਰ ਜੋਧਾ ਦੀ ਟੀਮ ਆ ਗਈ ਹੈ ਤਾਲੀ ਬੇਨਤੀ ਹੈ ਵੀਰੇ ਭੈਣੀ ਬਾਈ ਆ ਤੇ ਰਜੇਸ਼ ਫਰੀਦਕੋਟ ਦੀ ਤੇ ਮੁੰਡੇ ਵੀਰੇ ਚਾਰ ਨੰਬਰ ਗਰਾਊਂਡ ਦੇ ਵਿੱਚ ਆਓ ਜੀ ਸੋਨੀ ਰੈਫਰੀ ਨੂੰ ਕਰਦਾ ਜੀ ਇੱਥੇ ਕੋਈ ਹੋਰ ਮੈਚ ਹੈ ਤੇ ਠੀਕ ਹੈ ਬੱਬੂ ਨੂੰ ਫਰਾਹੋ ਜੀ ਵਿਸਲ 17-14 ਨਾਲੇ ਤੇ ਬੰਬੇ ਦੀ ਰੈਫਰੀ ਕਰ ਸਕਦਾ ਸੋਹਣੀ ਨੀ ਕਰ ਸਕਦਾ ਪੰਜਾਬ ਦੀ ਬੱਬੂ 17 ਵੇ ਕਰਾ ਕਰਾ ਸੋਨੀ ਮੈਚ ਕੋਈ ਗੱਲ ਨੀ 17-14 ਨੰਬਰ ਲੱਗ ਗਏ 17 ਹੋ ਗਏ ਓਕੇ 17 ਹੋ ਗਏ ਜੀ ਲੈ ਵੀ ਦੂਜੇ ਬੰਦੇ ਆ ਜਾਓ ਭੈਣੀ ਵਾਲੇ ਸਿਰੇ ਉੱਤੇ ਫੱਟੋ ਕੇ ਰਜੇਸ਼ ਅਗਲਾ ਵੀ ਬਹੁਤ ਰਾਮ ਲੱਗਣਾ ਵੀਰੇ ਅਗਲਾ ਮੈਚ ਬੁਰੀ ਕਾਲੀ ਵਾਲਾ ਤੇ ਬੱਚੇ ਵਾਲੀ ਚਾਰ ਨੰਬਰ ਜਲਦੀ ਦੇ ਨਾਲ ਸੋਹਣਾ ਰੇਸ ਕੀਤਾ ਜਾਣਾ ਹੈ ਦੂਜੇ ਖਿਡਾਰੀ ਆ ਜਾਓ ਦਾ ਟਾਈਮ ਬੇਨਤੀ ਹੈ ਮੇਰੀ ਕੇਂਦਰੇ ਵਾਲੇ ਮੁੰਡੇ ਕਰੈਫਰੀ ਆ ਜਾਓ ਜਲਦੀ ਦੇ ਨਾਲ ਲੈ ਭਰਤ ਵਾਲੇ ਮੈਚ ਕਿਉਂ ਨੀ ਕਰਾਉਂਦੇ ਭਰਥਲਾ ਬੀ ਵਾਲੇ ਮੁੰਡੇ ਮੈਚ ਚਲਾ ਦੋ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਦੋਨੋਂ ਟੀਮਾਂ ਖੜੀਆਂ ਹੈ ਭਰਥਲਾ ਬੀ ਵਾਲੇ ਖਿਡਾਰੀ ਕਿਰਪਾ ਕਰਕੇ ਮੈਚ ਚਲਾ ਦੀ ਆਪਾਂ ਸਾਹਮਣੇ ਮੈਚ ਬਹੁਤ ਟੌਪ ਦੇ ਖੇਡੇ ਜਾ ਰਹੇ ਨੇ ਨਜ਼ਰ ਖੇਡ ਗਰਾਊਂਡ ਦੇ ਵਿੱਚ ਇਧਰ 17 ਤੇ ਮੈਨੂੰ ਲੱਗਦਾ ਵੀ ਟੱਕਰ ਜਿਹੜੀ 14 ਦੀ ਆ ਤਿੰਨ ਜਿਹੜੇ ਮੇਰੇ ਮਿੱਤਰੋਂ ਪੁਆਇੰਟਾਂ ਦਾ ਫਰਕ ਖੇਡ ਮੈਦਾਨ ਦੇ ਵਿੱਚ ਹੈ ਔਰ ਸਾਹਮਣੇ ਮੈਂ ਵੇਖਦਾ ਵੀ ਦੁਨੀਆ ਦੇ ਟੌਪ ਦੇ ਖਿਡਾਰੀ ਖੇਡ ਰਹੇ ਹੈ ਏਦਾਂ ਦੇ ਮੈਚ ਮਿੱਤਰਾਂ ਫਾਈਨਲ ਦੇ ਵਿੱਚ ਲੱਗ ਰਹੇ ਹੈ ਤੇ ਆਹ ਮੁੰਡੇ ਦੂਜੇ ਰਾਊਂਡ ਦੇ ਵਿੱਚ ਹੀ ਭਿੜ ਗਏ ਹੈ ਹੁਣ ਸੋਹਣੀ ਖੇਡ ਦੇ ਮਾਲਕ ਦਾ ਮੁੰਡੇ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਗੱਭਰੂ ਧਰਤਨ ਕਰਵਾ ਰਹੇ ਨੇ ਫਿਲਹਾਲ 3 ਨੰਬਰ ਗਰਾਊਂਡ ਦਾ ਮੇਰਾ ਵੀਰ ਬਣ ਕੇ ਵੇਖੋ ਕੀ ਹਿਸਾਬ ਦਾ ਦਾ ਮੈਚ ਚੜਾ ਦੋ ਮੇਰਾ ਵੀਰ ਉਧਰ ਚੱਲਦਾ ਮੈਚ ਜਿਵਰਾਜ ਫਲਾਓ ਮੈਂ ਯਾਰ ਵੀਰ ਬਣਦੇ ਜਲਦੀ ਭਲਥਲੇ ਵਾਲੇ ਮੁੰਡੇ ਫਲਾਓ ਦੋਨੋਂ ਟੀਮਾਂ ਆ ਗਈਆਂ ਚਲਾਈਏ ਮੈਚ ਸੁਣਿਓ ਆਪਾਂ
ਲਾਸਟ ਰਿਕਾਰਡ ਤੇ ਭੈਣੀ ਬਾਈ ਆ ਜਾਓ ਜਲਦੀ ਦੇ ਨਾਲ ਲਾਸਟ ਨੰਬਰ ਦਾ ਲਾਸਟ ਪੁਆਇੰਟ ਲਾਸਟ ਨੰਬਰ ਆ ਗਿਆ ਘੱਟੇ ਵਾਲੀ ਤੇ ਕਾਲੀ ਵਾਲਾ ਨਾਮ ਕੜਕਣੀ ਉਹ ਵੀ ਆ ਜਾਓ ਟੀਮਾਂ ਜਲਦੀ ਦੇ ਨਾਲ ਗੁਰੂ ਸਰ ਯੋਧਾ ਦੀ ਟੀਮ ਦੇ ਖਿਡਾਰੀ ਜਿਹੜੇ ਆ ਗਏ ਲਾਡੀ ਵਰਗੇ ਸਾਡੇ ਵੀਰ ਦੇ ਬੜੇ ਪਿਆਰੇ ਮਿੱਤਰ ਰਾਮਾ ਦੇ ਵੀਰਾਂ ਦੇ ਲਈ ਬੜੇ ਸਤਿਕਾਰਯੋਗ ਭਰਾ ਨੇ ਅੱਜ ਕਬਰ ਵਸੇ ਦੀ ਧਰਤੀ ਤੇ ਰੌਣਕਾਂ ਜਿਹੜੀਆਂ ਵੱਡੀਆਂ ਲੱਗੀਆਂ ਹੋਈਆਂ ਨੇ ਦੁਨੀਆਂ ਦੇ ਟਾਪ ਦੇ ਖਿਡਾਰੀ ਅੱਜ ਆਪਣੇ ਕੋਲ ਪੁੱਜੇ ਹੋਏ ਆ ਮੈਂ ਚੇਤਨਾ ਵੀ ਬਹੁਤ ਤਕੜਾ ਖੇਡਾ ਜਾ ਰਿਹਾ ਤੇਰਾਂ ਤੇਰਾਂ ਨੰਬਰ ਹੈ ਕਹਿੰਦੇ ਖੇਡ ਮੈਦਾਨ ਦੇ ਵਿੱਚ ਬਹੁਤ ਸੋਹਣਾ ਮੈਚ ਟੱਕਰ ਸਿਰੇ ਦੀ ਹੈ ਜਗੀਰਿਆ ਯਾਦ ਥੋੜਾ ਜਿਹਾ ਗੱਲਾਂ ਫਿਰ ਟਿਕਾਣੇ ਲੱਗਣਗੀਆਂ ਮੈਂ ਨੀ ਕਹਿੰਦਾ ਜੱਸੂ ਕਹਿੰਦਾ ਬਈ ਮੈਚ ਚਲਾ ਦਈਏ ਤਿੰਨ ਨੰਬਰ ਚ ਚਾਰ ਦੀਆਂ ਟੀਮਾਂ ਵੀ ਆ ਗਈਆਂ ਗੁਰਜਿੰਦਰੀ ਟਾਸ ਕਰਾ ਦੇ ਤੇ ਇੱਕ ਨੰਬਰ ਬਾਕੀ ਹੈ ਸੋਨੀ ਆਉਂਦਾ ਇੰਨਾ ਟਾਈਮ ਟੀਮਾਂ ਸਾਈਡਾਂ ਸੋਡਾਂ ਲੈ ਰਹਿਣਗੀਆਂ ਟਾਸ ਕਰਾ ਦੋ ਜੀ ਬਈ ਕੋਈ ਪਤਾ ਨੀ ਬਾਲ ਗੋਲ ਆ ਹਾਂ ਹਾਂ ਅਗਲਾ ਮੈਂ ਦੂਰ ਦਾ ਲੱਗਣਾ ਵੀਰੇ ਮੇਰੇ ਵੀਰੋ ਮੇਰੀ ਗੱਲ ਸੁਣੀ ਰਾਵਣ ਮੇਰੇ ਉਧਰ ਬੈਂਚ ਲਵਾ ਕੇ ਮੈਂ ਖਤਮ ਹੋ ਜਾਣਾ ਕੋਮਲਾ ਔਖੇ ਵੇਲੇ ਕਿਹੜੇ ਕਦੇ ਕੰਮ ਆਏਗਾ ਛੱਡ ਗੁਰਦਾਸ ਲੀਰਾਂ ਦੀ ਕੋਈ ਲੋੜ ਨਹੀਂ ਬਹੁਤੇ ਤਾਂ ਉਹ ਸੰਧੂ ਖਿਸਕ ਜਾਂਦੇ ਆ ਜਦੋਂ ਹੈ ਮੁਸੀਬਤਾਂ ਦਾ ਭਾਰ ਖਿਲਦਾ ਪੰਨੇ ਤੇ ਜੱਟ ਲਿਖੀ ਫਿਰਦਾ ਬਾਕੀ ਕਿਹੜੇ ਦੁੱਖ ਸੁੱਖ ਦੇ ਸਾਥੀ ਬਣਦੇ ਆ ਬਾਕੀ ਗੱਲਾਂ ਕਹਿੰਦੇ ਹੁੰਦੀਆਂ ਪੰਦਰਾਂ ਹੋ ਗਏ ਹੈ ਪੰਦਰਾਂ ਤੇ ਅਠਾਰਾਂ ਹੋ ਗਏ ਹੈ ਸੋਲਾਂ ਮੈਚ ਹੈ ਜੇ ਸੋਲਾਂ ਹੋ ਗਏ ਕਹਾਣੀ ਕਹਿੰਦੇ ਕੁਝ ਹੋਰ ਬਣ ਜਾਣੀ ਹੈ ਕਹਾਣੀ ਦੇ ਵਿੱਚ ਵੱਡਾ ਮੋੜ ਵੱਡਾ ਅੰਤਰ ਆ ਜਾਣਾ ਹੈ ਗੱਲਾਂ ਹੋਰ ਹੋ ਜਾਣਗੀਆਂ ਲਓ ਭੱਟੀਆਂ ਵਾਲਾ ਕੋਮਲ ਕਹਿੰਦੇ ਤਿਆਰ ਹੈ ਸਿੰਮੀ ਮੋਟੇ ਵਰਗੇ ਆਓ ਸਾਹਮਣੇ ਤੀਜੀ ਵਰਗੇ ਮੁੰਡੇ ਖੇਡ ਮੈਦਾਨ ਦੇ ਵਿੱਚ ਬੜੀ ਸੋਹਣੀ ਖੇਡ ਹੈ ਟਾਈਗਰ ਦਾ ਪਿੰਡ ਹੈ ਕਹਿੰਦੇ ਭੱਟੀਆਂ ਸੁੱਖੇ ਦਾ ਪਿੰਡ ਹੈ ਸਾਡੇ ਯਾਰ ਦਾ ਤੇ ਬਾਲੀਵਾਲ ਦਾ ਬਾਬਾ ਬੋਰ ਦੁਨੀਆ ਕਹਿੰਦੇ ਮੀਤੇ ਪ੍ਰਧਾਨ ਨੂੰ ਉਹਦਾ ਪਿੰਡ ਹੈ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਨਵੀਂ ਨਿਕਿਆ ਤੋਰੋ ਪੱਟੀ ਪੁੱਟੀ ਸੋਹਣਿਆ ਨਹੀਂ ਕਹਿੰਦੇ ਵੱਲੋਂ ਦੇ ਗੋਪੇ ਨੂੰ ਜਿਹੜਾ ਨੰਬਰ ਲੈ ਗਿਆ ਗੱਲ ਸਿਆਲੇ ਤੇ ਸੁਹਾਗੇ ਵਾਲੀ ਬਣ ਜਾਣੀ ਹੈ ਬੱਲੇ 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 ਆਸੂ ਕਾਲੀ ਵਾਲਾ ਫਰਤੇ ਕੱਢੀ ਉਹ ਗੱਲਾਂ ਟਿਕਾਣੇ ਲੱਗ ਜਾਣਗੀਆਂ ਇੱਧਰ ਕਹਿੰਦੇ ਤਲਵੰਡੀ ਸਾਬੋ ਵਾਲਾ ਗੋਸਾ ਇਹ ਵੀ ਮੁੰਡਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਸੋਹਣਾ ਖੇਡ ਰਿਹਾ ਨਾਲ ਕਿੰਗ ਹੈ ਬਲਾਡ ਮੇਪੇ ਵਾਲਾ ਦੁਨੀਆਂ ਦੇ ਕਹਿੰਦੇ ਵੱਡੇ ਡਿਫੈਂਸਰ ਖੇਡ ਰਹੇ ਹੈ ਚਾਰ ਨੰਬਰ ਗਰਾਊਂਡ ਦਾ ਵੀ ਸ਼ੁਰੂ ਕਰ ਦੋ
ਵੇਲਾ ਡਿੱਗੋ ਤੇ ਮੋਰ ਤੇ ਲੋ ਸੋਭਾ ਲੱਗ ਗਿਆ ਹੈ। 16 ਤੇ 18 ਹੋ ਗਏ ਹੈ। ਹਰੀ ਰਮਣ ਬੰਗੀ ਵਾਲਾ ਚਾਹ ਜੋ ਪੀਲਾ 16 ਤੇ 18 ਹੋ ਗਏ ਨੰਬਰ 16 ਮੈਚ ਹੈ। 18 ਕਿੰਨੇ ਨੰਬਰ ਹੈ ਰਣ ਕੇਂਦਰ ਮਣੀ 14 ਤੇ 15 ਹਾਂ ਮਸਲਾ ਵੀ 16 ਉਧਰ ਮੇਰੇ ਪੱਟਕਾਂ ਦੇ ਇੱਧਰ 18 ਇੱਧਰ ਗੇਮ ਉਧਰ 16 16 18 ਤੇ 15 ਮੈਦਾਨ ਵਿੱਚ ਤਿਆਰ ਬਰ ਤਿਆਰ ਹੈ ਵੀ ਨਹੀਂ ਲੋਕਾਂ ਨੇ ਚੇਤੇ ਰੱਖਿਆ ਭਗਤ ਸਰਾਭੇ ਨੂੰ ਭੁੱਲ ਗਏ ਕਰ ਜਦੋਂ ਲੋਕੀ ਉਹ ਗੁਰੂ ਨਾਨਕ ਬਾਬੇ ਨੂੰ ਤੇ ਜੇ ਸਿੱਧਾਂ ਨੇ ਕੀਤੀ ਉਹ ਕੁਰਬਾਨੀ ਨਾ ਹੁੰਦੀ ਹੈ ਫਿਰ ਵਿੱਚ ਗੁਲਾਮੀ ਆਪਾਂ ਸਭ ਨੇ ਲੁਕ ਲੁਕ ਰੋਣਾ ਸੀ ਤੇ ਕਾਸ਼ ਕਿਤੇ ਦੇ ਭਿੱਡਰਾਂ ਵਾਲਾ ਜਿਉਂਦਾ ਰਹਿ ਜਾਂਦਾ ਫਿਰ ਨੋਟਾਂ ਉੱਤੇ ਅੰਮ੍ਰਿਤਸਰ ਦਾ ਨਕਸ਼ਾ ਹੋਣਾ ਸੀ ਕਾਸ਼ ਕਿਤੇ ਜੇ ਭਿੱਡਰਾਂ ਵਾਲਾ ਜਿਉਂਦਾ ਰਹਿ ਜਾਂਦਾ ਫਿਰ ਨੋਟਾਂ ਉੱਤੇ ਅੰਮ੍ਰਿਤਸਰ ਦਾ ਨਕਸ਼ਾ ਹੋਣਾ ਸੀ ਉਹ ਕਦੇ ਗੱਲ ਜੜੀਏ ਦੀ ਹੈ ਮੇਰੇ ਮਿੱਤਰੋ ਸੱਚੀ ਦੇ ਪੱਕੀ ਹੈ ਪਰ ਇਧਰਲੇ ਪਾਸੇ 16 ਤੇ 18 ਨੰਬਰ ਕਦੇ ਦੋਨਾਂ ਫਰਕ ਆ ਮੇਰੇ ਮਿੱਤਰੋ ਉਹ ਕਦੇ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨਾਂ ਟੀਮਾਂ ਦੇ ਦਰਮਿਆਨ ਦੀ ਕਰਦੀ ਖਰਾਬ ਕਰਦੀ ਤੇ ਮਹਿੰਗੀ ਪੈ ਗਈ ਹੈ ਸੋਹਣਿਆ 17 ਹੋ ਗਿਆ 14 ਤੋਂ ਵੱਧ ਕੇ 17 ਤੇ 18 ਦੀ ਟੱਕਰ ਹੈ ਹੋਰ 17 ਤੇ ਮਿੱਤਰਾਂ 18 ਦੀ ਟੱਕਰ ਪਾਣੀ ਵਾਲਾ ਵੀਰ ਪਾਣੀ ਵਾਲਾ ਜਿਹੜੇ ਰਹਿ ਅੰਤੇ ਦਿਲਾਂ ਦੀਆਂ ਧੜਕਣਾਂ ਟਕ ਟਕ ਕਰਦੀਆਂ ਨੱਥੂ ਵਾਲੀਆਂ ਪ੍ਰਧਾਨ ਸਾਡਾ ਆ ਜੇ 2 ਨੰਬਰ ਗਰਾਊਂਡ ਚ ਰਾਜਵਿੰਦਰ ਦੇ ਪਾਸੇ ਯਾਦਵਿੰਦਰ ਆਸਟ੍ਰੇਲੀਆ ਦੀ ਔਰ ਲਵਪ੍ਰੀਤ ਆਸਟ੍ਰੇਲੀਆ ਸਾਨੂੰ ਬਹੁਤ ਵੱਡੇ ਯੋਗਦਾਨ ਵੱਡਾ ਧੰਨਵਾਦ ਜੀ ਉਧਰ ਪਿਆਰ ਬਰਾੜ ਕਹਿੰਦਾ ਵੀ ਜੱਸੂ ਮੈਚ ਜਿੱਤੇ ਤੇ 1100 ਦੇ ਲੈ ਕੇ ਤਲਵਾਰੀਆਂ ਟਾਈਆਂ ਦੀ ਕਾਰਵਾਈ ਕਰ ਲਈ ਆਪਾਂ ਗੁਰਵਿੰਦਰ ਬਾਠ ਹੈ ਸਾਡਾ ਵੀ ਓਕੇ ਜੀ ਯੱਤ ਚੰਦੜ ਵਾਲਾ ਆਇਆ ਹੋਇਆ ਹੈ ਯੱਤ ਦੀ ਚੜ੍ਹਾਈ ਅੱਜ ਕੱਲ ਐਨ ਸਿਰੇ ਤੇ ਹੈ ਤੇ ਲਾਣਗੇ ਇੱਕ ਘੰਟੇ ਬਾਅਦ ਜੱਟ ਕਹਿੰਦਾ ਵੀ ਅੱਜ ਵੱਡੇ ਡੇਣੇ ਵਾਲੀ ਕਰਦੇ ਨੇ ਗੁਰਵਿੰਦਰ ਬਾਠ ਜੀ ਗੁਰਵਿੰਦਰ ਕੁਲਵਿੰਦਰ ਕੁਲਵਿੰਦਰ ਠੀਕ ਹੈ ਕੁਲਵਿੰਦਰ ਬਾਠ ਜੀ ਸਾਡੇ ਪਾਸ ਸਤਿਕਾਰ ਦੇ ਯੋਗ ਨੇ ਭੱਟੀਆਂ ਜਿੱਤੇ 5100 ਔਰ ਜੇ ਭੱਟੀਆਂ ਦੀ ਟੀਮ ਆ ਚੱਲਦੇ ਹੋਏ ਮੈਚ ਦੇ ਵਿੱਚੋਂ ਜੇਤੂ ਰਹਿੰਦੀ ਤੇ ਰੁਪਇਆ 5500 ਦਿੱਤਾ ਜਾਊਗਾ 5500 ਦੇ ਨਾਲ ਮਾਣ ਵੱਡੇ ਹੋਣਗੇ ਬਹੁਤ ਬਹੁਤ ਧੰਨਵਾਦ ਹੈ ਕੁਲਵਿੰਦਰ ਬਾਠ ਜੀ ਸਾਡੇ USA ਵਾਲੇ ਉਹ ਕਦੇ ਮਾਣ ਸਨਮਾਨ ਹੈ ਲੈ ਵੀ ਮੈਚ ਟੋਟੀ ਦਾ ਢਿੱਲੋਂ ਬਿੰਦਾ ਦੇ ਪਿੱਛੇ ਆਈ ਲੈ ਉਹ ਬਿੱਲਾਂ ਦੇ ਤੰਦੂਰ ਚ ਡਿੱਗ ਗਈ ਲੈ ਪਰ ਕੱਢੂਗਾ ਕੌਣ ਕਦੇ ਗੱਲ ਮੌਕੇ ਦੀ ਹੈ ਬਾਕੀ ਤਲਵੰਡੀ ਹੈ ਗੱਲ ਮੌਕੇ ਦੀ ਹੈ ਬਿੱਲਾ ਇੱਕ ਤੰਦੂਰ ਚ ਹੈ ਮੈਂ ਵੀ ਜੱਸੀ ਸਮਝਾਲਾ ਰੌਣਕ ਨੂੰ ਹੋ ਜੀਤ ਸਮਝਾਲਾ ਰੌਣਕ ਨੂੰ ਬਿੱਲਾ ਇੱਧਰ ਵੀ ਤੰਦੂਰ ਚ ਡਿੱਗਿਆ 14 ਤੇ 15 14 ਬੰਦਿਆਂ ਦੇ
15 ਕਹਿੰਦੇ ਨੂਰਪੁਰੇ ਵਾਲਿਆਂ ਦੇ ਹੈ। ਮੈਂ 18 ਹੋ ਗਏ ਮੇਰੇ ਬਿੱਲੀਓ ਕਰ ਦੋ ਸ਼ੇਰ ਮੁੜਿਓ ਮੈਚ ਬਹੁਤ ਸਰਾ ਲੱਗਣਾ ਬਾਬੇ ਆਕੀ ਨਿਕਲਦੀ ਅਗਲੇ ਮੈਚ ਚ ਬਈ ਓਏ ਲੱਗਿਆ ਵੇ ਤਾਰੀ ਤੂੜੀ ਨਹੀਂ ਮਾਰਦੇ ਆ ਤਾਰੀ ਮਾਰਦੇ ਜ਼ੋਰਦਾਰ ਮੁੰਡਿਆਂ ਦੇ ਲਈ ਹੈ 17 ਤੇ 18 ਮਿੱਤਰ ਜੇ ਖਾਰਵਾ ਜੁੜ ਗਿਆ ਤੇ ਗੱਲ ਕਦੇ ਵੱਡੀ ਬਣ ਜੂਗੀ ਹੈ ਬੱਗੀ ਵਾਲਿਆ ਓਨੇ ਪੈਰੀ ਕਦੇ ਮੁਰਦਾ ਨਾ ਪੈਦੇ ਹੁੰਦੇ ਹੈ ਵੀ ਰੱਬਾ ਵੇ ਰੱਬਾ ਸਾਨੂੰ ਮਾਹੀ ਦੀ ਉਡੀਕ ਸੀ ਤੇ ਫੌਜਦਾਰੀ ਕੇਸ ਤੋਂ ਆਖਰੀ ਤਰੀਕ ਸੀ ਪਾਗ ਸੁੱਤ ਕੇ ਦੌੜੇ ਨਾਲ ਮੰਨ ਲਈ ਤੇ ਸੱਜਣਾ ਨੂੰ ਕੈਦ ਬੋਲ ਗਈ ਵਿਸ਼ਵਾਸ ਦੇ ਨਾਲ ਬੜੀ ਜੀਦਾਰੀ ਦੇ ਨਾਲ ਬੜੇ ਫਰਮੇ ਦੇ ਨਾਲ ਖੇਡ ਰਹੀ ਹੈ ਸੋਹਣਾ ਮੈਚ ਹੈ ਇਹ ਤੋਂ ਹੁਣ ਖਰਾਬ ਹੋ ਗਈ ਭਾਂਡਾ ਕਹਿੰਦੇ ਉਹਦੇ ਸਿਰ ਫੁੱਟ ਜਾਣਾ ਮੈਚ ਦਾ ਉਸ ਸਮੇਂ ਮੈਚ ਜਾਂ ਧੁੱਪਾਂ ਤੇ ਹੈ ਦੁਨੀਆਂ ਸੋਚਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਹੈ ਜਿੱਤਣਾ ਕਿਹਨੇ ਸਕਦੇ ਰਹੀ ਹੈ ਆਓ ਬੇਲਾ ਕਬਰ ਵਸੇ ਦੀ ਧਰਤੀ ਦਾ ਧੱਕ ਤੇ ਪੈਣੀ ਆਹ ਮਿੱਤਰਾ ਅੱਜ ਤੇ ਧੱਕ ਪਈ ਹੋਈ ਆ ਬੇਲਾ ਕਹਿੰਦਾ ਫਿਰੋਜ਼ਪੁਰ ਦੀ ਧਰਤੀ ਦਾ ਇਹ ਡਾਕਟਰ ਹੈ ਡਾਕਟਰ ਫਿੱਟ ਹੋ ਜਾ ਸਾਡਾ ਫੋਟਾ ਮਾਰ ਬੱਲੀਏ ਤੇ ਜਦੋਂ ਉੱਡਦਾ ਗਰਾਉਂਡ ਵਿੱਚ ਸੱਤਾ ਲੋਕੀ ਕਹਿੰਦੇ ਆ ਪਰਸਾਨ ਬਦਲੀਏ ਤੇ ਕਿੱਕ ਤੇ ਨੀ ਬਾਲ ਬੂਲ ਲੱਗਦੀ ਹੈ ਅਟੈਕਰ ਤੇ ਸਾਰੇ ਹੱਟ ਗਏ ਮੈਚ ਕਰ ਦਿੰਦਾ ਕੱਲੇ ਇੱਕ ਪਾਸੇ ਜੇ ਪੰਡੋਰੀ ਵਾਲਾ ਬੰਦ ਚੱਲ ਗਏ ਕੁੜੀ ਕਾਲੀਏ ਵਾਲੇ ਚ ਅੰਨਾ ਚੋਰ ਤੇ ਸੁਨੱਖਾ ਰਾਜਪਾਲ ਨਖਰੋ ਸਭ ਖੇਡਾਂ ਦਾ ਕਰੇਜ ਫਿੱਕਾ ਪੈ ਜੂਗਾ ਕਹਿੰਦੇ ਬਾਲੀ ਬਾਲ ਨਖਰੋ ਸਭ ਖੇਡਾਂ ਦਾ ਕਰੇਜ ਫਿੱਕਾ ਪੈ ਜੂਗਾ ਵੇਖੇਂਗੇ ਕਹਿੰਦੇ ਬਾਲੀ ਬਾਲ ਨਖਰੋ ਦੁਨੀਆ ਦੇਖ ਰਹੀ ਹੈ ਚਾਚਾ ਬੈਠਾ ਕੱਲਾ ਕੱਲਾ ਨੰਬਰ ਦਿਲ ਦੀ ਬੇਰੀ ਦੇ ਨੋਟ ਕਰ ਰਿਹਾ ਕੱਲੀ ਕੱਲੀ ਗਲਤੀ ਵੇਖ ਰਿਹਾ ਵੀ ਭੱਟੀਆਂ ਦਾ ਕਿਹੜਾ ਮੁੰਡਾ ਕਿਹੜੀ ਗਲਤੀ ਕਰਦਾ ਅੱਜ ਦੇ ਦਿਨ ਦਾ ਸੁਪਰ ਡੁਪਰ ਮੈਚ ਖੇਡਿਆ ਜਾ ਰਿਹਾ ਬੜਾ ਸੋਹਣਾ ਮੈਚ ਹੈ ਕਿੱਕ ਨੰਬਰ ਬੜਾ ਕੀਮਤੀ ਹੈ ਮੰਗੀ ਵਾਲਾ ਵੀ ਫਿੱਟ ਹੈ ਨੰਬਰ ਆਉਣਾ ਤੇ ਕਹਿੰਦੇ ਕਿਸੇ ਗੱਲ ਦੇ ਨਾਲ ਹੀ ਆਉਣਾ ਹੈ ਇੰਨਾ ਸੌਖਾ ਨੰਬਰ ਨਹੀਂ ਆਉਣਾ ਉਹ ਨੰਬਰ ਆਉਣਾ ਤੇ ਕਿਸੇ ਗੱਲ ਨਹੀਂ ਆਉਣਾ ਮੇਰੇ ਮਿੱਤਰੋ ਚਰਚੇ ਗੋਡੇ ਟੂਬਣਾ ਟੋਇਆ ਤੇ ਜਾਊ ਪਰ ਜਾਊ ਕਿਸੇ ਗੱਲ ਦੇ ਨਾਲ ਰਾਵੀ ਬਾਈ ਜਿਹੜੇ ਜਿਹੜੇ ਕਹਿੰਦੇ ਥੱਲੇ ਵਾਲੇ ਖੇਤੇ ਦੀ ਟੀਮ ਜਿੱਤੂਗੀ ਮੁੰਡੇ ਭੱਟੀਆਂ ਵਾਲੇ ਜਿੱਤ ਜਾਣਗੇ ਇੱਕ ਵਾਰੀ ਤਾਰੀ ਮਾਰਦੇ ਜਿਹੜੇ ਜਿਹੜੇ ਕਹਿੰਦੇ ਭੱਟੀਆਂ ਦੀ ਟੀਮ ਜਿੱਤ ਜੂਗੀ ਹੈ ਤੇ ਬਾਈ ਹੁਣ ਇੱਕ ਤਾਰੀ ਉਹ ਮਾਰਦੇ ਜਿਹੜੇ ਕਹਿੰਦੇ ਬਾਈ ਨਾ ਜੱਸੂ ਵੀ ਪੁਰਾਣਾ ਪਾਪੀ ਆ ਮੁੰਡੇ ਫਲਾਣ ਮਹਿੰਦੇ ਵਾਲੇ ਜਿੱਤਣਗੇ ਇੱਕ ਤਾਰੀ ਮਾਰਦੇ ਲਓ ਸਾਹਮਣੇ ਸਵਾਲ ਵੱਖਰਾ ਤੇ ਬਾਈ ਹੁਣ ਇੱਕ ਤਾਰੀ ਉਹ ਮਾਰਦੇ ਜਿਹੜੇ ਕਹਿੰਦੇ ਜਿਹੜੀ ਮਰਜ਼ੀ ਜਿੱਤਦੇ ਪਰ ਸਵਾਲ ਸਵਾਲ ਕਹਿੰਦੇ ਦੁਨੀਆਂ ਸਵਾਦ ਦੀ ਪੱਟੀ ਹੈ ਉਹ ਦੁਨੀਆਂ ਨੇ ਤਾੜੀ ਮਾਰੀ ਹੈ
ਮੇਰੀ ਨੱਥੂ ਵਾਲੀ ਇੱਕ ਡਿਵੀ ਪਾਣੀ ਪਿਆ ਦੇ ਮੁੰਡਿਆਂ ਨੂੰ, ਇੱਧਰ ਇੱਕ ਨੰਬਰ ਇੱਧਰ ਹੈ ਨੱਥੂ ਵਾਲੀ ਪਿਆ ਦੀ ਪਾਣੀ, ਮੈਂ ਵੀ ਦਸ ਨੰਬਰ ਕਿੰਨੇ ਮੁੰਡਿਆਂ ਰਾਮ ਨੂੰ ਸਮਝਾਉਂਦਾ ਹੈ, ਪੰਦਰਾਂ ਪੰਦਰਾਂ ਹੈ, ਪੰਦਰਾਂ ਪੰਦਰਾਂ ਨੰਬਰ ਹੈ, ਪੰਦਰਾਂ ਪੰਦਰਾਂ ਨੰਬਰ ਹੀ ਨੂਰ ਉਪਰੇ ਵਾਲਿਆਂ ਦੇ ਹੈ। ਬੇਨਤੀ ਹੈ ਜੀ ਭੈਣੇ ਬਾਈ ਵਾਲੇ ਮੁੰਡੇ ਹਰ ਪਰ ਸੋਨੀ ਬੈਠੇ ਜੀ, ਇੱਧਰ ਸੋਨੀ ਦੇ ਅਸਲੀ ਕਰੀ ਜਾਂਦਾ ਇੱਕ ਨੰਬਰ ਹੀ ਰਹਿੰਦਾ, ਆਹ ਖੜੇ ਸੀ ਆਪਾਂ ਹੁਣ ਤਿਆਰ ਹੈ ਜਾਂ ਤੇਰੀ ਇੱਧਰ ਫਿਰ ਕਹਿਣਾ ਚੰਗੀ ਜਾਣ ਤੁਸੀਂ ਦਰਸ਼ਾਦ ਹਰਮਨ ਸੰਧੂ ਜੱਸੂ ਫਾਈਨਲ ਖੇਡੇ 11 ਯਾਰ ਉਧਰ ਹਰਮਨ ਸੰਧੂ ਸਾਡਾ ਵੀਰ ਕਹਿੰਦਾ ਵੀ ਜੇ ਜੱਸੂ ਫਾਈਨਲ ਖੇਡੇ ਰੁਪਈਆ 11,000 ਦਿੱਤਾ ਜਾਊਗਾ, ਜੱਸੂ ਜੇ ਜਿੱਤ ਗਿਆ ਤੇ ਅੱਗੇ ਫਾਈਨਲ ਖੇਡੇ ਤੇ ਰੁਪਈਆ ਭਰਾ ਸਾਡੇ ਕਹਿੰਦੇ ਵੀ ਆਪਾਂ 11,000 ਦੇਵਾਂਗੇ। ਇਹਦਾ ਨੰਬਰ ਲਾਸਟ ਹੈ ਵੀ ਫੈਸਲੇ ਅਧੂਰੇ ਜਿੱਤਦੇ ਨਾ ਰਹਿਣਗੇ, ਤਕੜਾ ਮੈਚ ਮਿੱਤਰੋ ਪੜਾਕੇ ਪੂਰੇ ਕਰਨਗੇ, ਕਦੇ ਮਾਰਦੇ ਨੀ ਡੰਡ ਡੰਡੇ ਦਾ ਮਹੱਤ ਬਈ ਹੈ ਤੇ ਫਿੱਤਰ ਨਾਗਾ ਚੋਂ ਖੜਪੇ ਸੱਤ ਵੀ ਹੈ ਲੰਗਿਆਂ ਦੇ ਵਾਲਾ ਜੋ ਸੱਚ ਕਹਿ ਗਿਆ ਅੱਜ ਦੇਖਾਂਗੇ ਫਾਈਨਲ ਲੱਗਿਆ ਔਰ ਲੋਕੀ ਤੱਕਦੇ ਆ ਕੈਰੀ ਵਾਲਾ ਡਾਕਟਰ ਆ ਗਿਆ ਤਾੜੀ ਮਾਰੋ ਯਾਰ ਭੱਟੀ ਵਾਲੇ ਮੁੰਡੇ ਸੋਹਣਾ ਖੇਡੇ ਹਾਰ ਬਣੀ ਆਈ ਹੈ ਕੋਈ ਗੱਲ ਨੀ ਬਹੁਤ ਸੋਹਣਾ ਖੇਡੇ ਮੁੰਡੇ ਯੇ ਤੋ ਟੀਮ ਰਹੀ ਬਲਾਰ ਮਹਿਮਾ ਕਹਿੰਦੇ ਜੀ ਇੱਕ ਰੈਫਰੀ ਆ ਜਾਓ ਆਪਣਾ ਕਹਿੰਦੇ ਜੀ ਇੱਕ ਰੈਫਰੀ ਆ ਜਾਓ ਬਲਾਰ ਮਹਿਮਾ ਜਿੱਤੀ ਹੈ ਰਮਣਾ ਬੰਗੀ ਰਮਣਾ ਜੀ ਕਰਾਓ ਮੈਚ ਲਵੀ ਰਮਣਾ ਬੰਗੀ ਰੈਫਰੀ ਐਡਾ ਮੈਚ ਵੇਖ ਕੇ ਮੈਚ ਦਾ ਆਨੰਦ ਲੈ ਤੇਰਾ ਭਰਾ ਵਰ ਕੇ ਤੇਰਾ ਦੇ ਨਾਲ ਐਵੇਂ ਯਾਰ ਜਿਵੇਂ ਕਹਿ ਦਈਏ ਵੀ ਡਰੈਕ ਨਾ ਕਰਿਆ ਕਰੋ